ਕਿ ਇਮਰਾਨ ਖਾਨ ਸਾਹਿਬ ਨੂੰ ਕਦੇ ਇੱਧਰ ਸੱਦ ਕੇ ਆ ਸਨਮਾਨ ਕੀਤਾ ਜਾਵੇ ਉਹਨਾਂ ਦਾ? ਬਿਲਕੁਲ ਜੀ, ਜੇ ਰੱਬ ਨੇ ਚਾਹਿਆ ਤੇ ਬਸ ਮੈਂ ਚਾਹਾਂਗਾ ਆਪਾਂ ਵੀ ਇੱਥੇ ਇੰਨਾ ਹੀ ਪਿਆਰ ਦੇਈਏ, ਦੋਨੋਂ ਪਾਸੇ ਪਿਆਰ ਰਹੇ। ਸ਼ਾਮ ਦੀ ਉਹ ਕਹਿੰਦੇ ਨੇ ਉਹਨਾਂ ਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ। ਆਗਾਜ਼ ਤੋਂ ਬਹੁਤ ਅੱਛਾ ਹੈ ਔਰ ਅੰਜਾਮ ਅੱਛੇ ਹੋਣਗੇ ਕਿ 1947 ਤੋਂ ਬਾਅਦ ਪੰਜਾਬ ਵਾਸਤੇ ਐਡੂ ਵੱਡੀ ਕੋਈ ਹੋਰ ਖੁਸ਼ੀ ਨਹੀਂ ਹੋ ਸਕਦੀ ਜੋ ਅੱਜ ਆਪਾਂ ਨੂੰ ਮਹਿਸੂਸ ਹੋਈ। ਕੀ ਸੁਨੇਹਾ ਦੇ ਕੇ ਆਏ ਤੁਸੀਂ? ਬਸ ਇਹ ਹੋਈ ਕਿ ਦੋਨੋਂ ਮੁਲਕ ਤਰੱਕੀ ਕਰਨ, ਇਹ ਲਾਂਘੇ ਖੁੱਲ੍ਹਣ, ਆਵਾਮ ਦੋਨੇ ਮੁਲਕਾਂ ਦੀ ਪ੍ਰਜਾ ਜਨਤਾ ਮਿਲੇ ਅਤੇ ਇਹਦੂ ਖੁਸ਼ੀ ਵਾਲੀ ਕੋਈ ਗੱਲ ਨਹੀਂ। ਜਿਹੜਾ ਸਰਵਿਸ ਫੀਸ ਅਤੇ ਪਾਸਪੋਰਟ ਦਾ ਜ਼ਿਕਰ ਹੋ ਰਿਹਾ, ਘੱਟ ਗਿਣਤੀਆਂ ਦੇ ਖਤਰੇ ਦੀ ਗੱਲ ਕੀਤੀ ਜਾ ਰਹੀ ਹੈਗੀ, ਉਸ ਬਾਰੇ? ਕੋਈ ਖਤਰਾ ਨਹੀਂ ਹੈ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਾਰੇ ਹੋਣ, ਕੋਈ ਖਤਰੇ ਵਾਲੀ ਗੱਲ ਨਹੀਂ। ਗੁਰੂ ਨਾਨਕ ਸਾਹਿਬ ਆਪੇ ਰੱਖਿਆ ਕਰਨ। ਇਮਰਾਨ ਖਾਨ ਸਾਹਿਬ ਨੇ ਕੀ ਕਿਹਾ ਤੁਹਾਨੂੰ? ਇਮਰਾਨ ਖਾਨ ਸਾਹਿਬ ਨੇ ਬਸ ਭੇਟ ਕੀਤਾ, ਅੱਜ ਕੋਰੀਡੋਰ ਜਿਹੜਾ ਹੈਗਾ ਉਹਨਾਂ ਨੇ ਕੌਮ ਨੂੰ ਗਿਫਟ ਦਿੱਤਾ ਹੈ ਭਾਰਤ ਸਰਕਾਰ ਨੇ ਔਰ ਇਮਰਾਨ ਖਾਨ ਸਰ। ਕਦੇ ਤੁਸੀਂ ਇਹ ਸੋਚਿਆ ਵੀ ਇਮਰਾਨ ਖਾਨ ਸਾਹਿਬ ਨੂੰ ਕਦੇ ਇੱਧਰ ਸੱਦ ਕੇ ਆ ਸਨਮਾਨ ਕੀਤਾ ਜਾਵੇ ਉਹਨਾਂ ਦਾ? ਬਿਲਕੁਲ ਜੀ, ਜੇ ਰੱਬ ਨੇ ਚਾਹਿਆ ਤੇ ਕੋਸ਼ਿਸ਼ ਕਰਾਂਗੇ। ਦੋਹਾਂ ਮੁਲਕਾਂ ਦੇ ਵਿੱਚ ਕੜਤਨ ਇਸ ਲਾਂਘੇ ਜ਼ਰੀਏ ਦੂਰ ਹੋਊਗੀ? ਬਿਲਕੁਲ ਹੋਏਗੀ ਜੀ। ਚਲੋ ਜੀ, ਬਹੁਤ ਧੰਨਵਾਦ ਜਹਦਰ ਸਾਹਿਬ, ਅਕਾਲ ਤਖਤ ਜਥੇਦਾਰ ਸਾਡੇ ਨਾਲ ਮੌਜੂਦ ਰਹੇ ਆ। ਇਸ ਉੱਤੇ ਹਰਦੀਪ ਸਿੰਘ ਪੁਰੀ, ਕੇਂਦਰੀ ਰਾਜ ਮੰਤਰੀ, ਹੁਣੇ ਲਾਂਘੇ ਤੋਂ ਆਏ ਆ। ਪੁਰੀ ਸਾਹਿਬ, ਕਿਸ ਤਰ੍ਹਾਂ ਲੱਗਿਆ ਮੁਕੱਦਸ ਧਰਤੀ ਤੇ ਜਾ ਕੇ? ਬਹੁਤ ਬਹੁਤ ਸਾਰੀ ਸੰਗਤ ਜਿਹੜੀ ਪਹੁੰਚੀ ਹੋਈ ਸੀ, ਮੇਰੇ ਵਾਸਤੇ ਤਾਂ ਦੂਜਾ ਮੌਕਾ ਸੀਗਾ, ਪਿਛਲੇ ਸਾਲ ਮੈਂ 28 ਨਵੰਬਰ ਨੂੰ ਵੀ ਆਇਆ ਸੀਗਾ। ਔਰ ਇੱਕ ਸਾਡੀ ਸੰਗਤ ਦੀ ਹਿੰਦੁਸਤਾਨ ਦੀ ਬੜੀ ਪੁਰਾਣੀ ਡਿਮਾਂਡ ਸੀ, ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਦਿਸ ਹੈਜ਼ ਬੀਨ ਆਪਰੇਸ਼ਨਲਾਈਜ਼ ਟੂਡੇ, ਐਂਡ ਆਈ ਹੋਪ ਦਿਸ ਕੋਰੀਡੋਰ ਆਫ ਪੀਸ ਇਜ਼ ਏਬਲ ਟੂ ਫੈਸਿਲੀਟੇਟ ਪੀਸ ਔਨ ਦਾ ਬਾਰਡਰ। ਵੀਡੀਓ ਸਰਵਿਸ ਫੀਸ ਦਾ ਜ਼ਿਕਰ ਕੀਤਾ ਜਾ ਰਿਹਾ, ਇੱਕ ਪਾਸਪੋਰਟ? ਦੇਖੋ, ਦੁਨੀਆਂ 'ਚ ਕਿੱਥੇ ਵੀ ਪਲੇਸ ਆਫ ਰਿਲੀਜੀਅਸ ਵਰਸ਼ਿਪ 'ਤੇ ਫੀਸ ਨਹੀਂ ਹੁੰਦੀ, ਕਿਸੇ ਗੁਰਦੁਆਰਾ ਸਾਹਿਬ ਵਿੱਚ, ਕਿਸੇ ਮੋਸਕ ਵਿੱਚ ਇਹ ਤਾਂ ਹੁੰਦੀ ਨਹੀਂ ਹੈ। ਅਤੇ ਇਹ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਕਿੱਥੋਂ ਆਈਡੀਆ ਆਇਆ ਕੀ ਆਇਆ, ਪਰ ਅੱਜ ਉਹਨਾਂ ਨੇ ਕੋਈ ਚਾਰਜ ਨਹੀਂ ਕੀਤੀ। ਕਿਸ ਤਰ੍ਹਾਂ ਦੇ ਪ੍ਰਬੰਧ ਦੇਖੇ ਤੁਸੀਂ ਉੱਥੇ? ਮਤਲਬ ਉਹਨਾਂ ਨੇ ਇਨਫਰਾਸਟ੍ਰਕਚਰ ਤਾਂ ਬਣ ਗਿਆ, ਪਰ ਇਹਨੂੰ ਮੇਨਟੇਨ ਕਰਨਾ ਪਏਗਾ ਅਤੇ ਬਾਅਦ ਦੇਖਣਾ ਪਏਗਾ। ਹਾਂਜੀ, ਬਹੁਤ 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 ਅੱਛਾ ਰਿਹਾ, ਬਹੁਤ ਵਧੀਆ ਰਿਹਾ, ਲੋਕਾਂ ਨੇ ਬਹੁਤ ਪਿਆਰ ਦਿੱਤਾ। ਬਸ ਮੈਂ ਚਾਹਾਂਗਾ ਆਪਾਂ ਵੀ ਉੱਥੇ ਇੰਨਾ ਹੀ ਪਿਆਰ ਦੇਈਏ, ਦੋਨੋਂ ਪਾਸੇ ਪਿਆਰ ਰਹੇ ਅਤੇ ਸਾਰਾ ਕੁਝ ਬਹੁਤ ਵਧੀਆ ਹੋਵੇ। ਤੁਸੀਂ ਉੱਥੇ ਕੀ ਸੁਨੇਹਾ ਦੇ ਕੇ ਆਏ? ਅਸੀਂ ਸੁਨੇਹਾ ਬਸ ਅਸੀਂ ਜਾ ਕੇ ਲੋਕਾਂ ਨੂੰ ਮਿਲ ਕੇ ਆਏ, ਉਹਨਾਂ ਦਾ ਪਿਆਰ ਲੈ ਕੇ ਆਏ, ਉਹਨਾਂ ਨੂੰ ਪਿਆਰ ਦੇ ਕੇ ਆਏ। ਵਾਹਿਗੁਰੂ ਨੇ ਅੱਜ ਇਹ ਰਸਤਾ ਖੋਲ੍ਹ ਕੇ, ਕਿਉਂਕਿ ਮੈਨੂੰ ਇਸ ਕਰਕੇ ਇਹ ਗੱਲਾਂ ਯਾਦ ਆ ਰਹੀਆਂ ਨੇ ਕਿ ਜੇ ਬਾਬਾ ਬੁੱਢਾ ਸਾਹਿਬ ਉਹ ਵੀ ਰੰਧਾਵੇ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਬੁੱਢਿਆ ਇਹ ਤੇ ਬੂਰਿਆ ਤੂੰ ਬੁੱਢਾ ਵਾਂ, ਤੂੰ ਜਵਾਨ ਨਹੀਂ, ਅਤੇ ਉਹਨਾਂ ਨੂੰ ਪਹਿਲਾ ਹੈੱਡ ਗ੍ਰੰਥੀ ਬਣਾਇਆ ਗਿਆ। ਅਤੇ ਸਾਡੇ ਲਈ ਇੱਕ ਦੂਸਰੀ ਵੱਡੀ, ਸਭ ਤੋਂ ਵੱਡੀ ਰੰਧਾਵੇ ਵਾਲੀ ਗੱਲ ਇਹ ਸੀ ਕਿ ਜਿਸ ਵੇਲੇ ਪੱਖੋ ਕੇ ਪਿੰਡ 'ਚ ਆ ਕੇ ਟਾਹਲੀ ਸਾਹਿਬ ਬੈਠੇ ਨੇ ਅਤੇ ਉਹ ਵੀ ਬਾਬੇ ਅਜਿੱਤੇ ਰੰਧਾਵੇ ਦੇ ਖੂਹ 'ਤੇ ਬੈਠੇ ਨੇ, ਅਤੇ ਅਸੀਂ ਤਾਂ ਰੰਧਾਵੇ ਬਾਬੇ ਨਾਨਕ ਦੇ ਹੈ ਹੀ ਕੂਕਰ ਆ, ਅਸੀਂ ਤਾਂ ਉਹਦੀ ਛਤਰ ਛਾਇਆ 'ਚ ਹੀ ਰਹੇ ਹਾਂ। ਰੰਧਾਵਾ ਜਾਂ ਬੇਦੀਆਂ ਦੇ, ਅਸੀਂ ਜਿੱਥੇ ਬੇਦੀ ਮਿਲਦਾ ਅਸੀਂ ਬੇਦੀਆਂ ਦੇ ਪੈਰੀਂ ਹੱਥ ਲਾਉਂਦੇ ਹਾਂ ਕਿ ਇਹ ਸਾਡੇ ਗੁਰੂ ਕੁੱਲ 'ਚੋਂ ਨੇ ਸਾਡੇ ਲਈ। ਅੱਜ ਉਹ ਜਦੋਂ ਤੁਸੀਂ ਉਹ ਅਖੀਰ ਤੱਕ ਲਾਈਟਾਂ ਵੇਖੋ, ਅੱਜ ਬਾਬੇ ਦੇ ਦਰ ਨੂੰ ਲਾਈਟਾਂ ਲੱਗੀਆਂ ਨੇ, ਇਹ ਮੇਰੇ ਮਨ ਨੂੰ ਇਹ ਹੈ ਕਿ ਅੱਜ ਜਿੱਥੇ ਅਸੀਂ ਖੜ੍ਹੇ ਹਾਂ, ਇੱਥੇ BSF ਸਾਨੂੰ 5 ਵਜੇ ਤੋਂ ਬਾਅਦ ਨਹੀਂ ਸੀ ਆਉਣ ਦਿੰਦੀ, ਅਤੇ ਅੱਜ ਉੱਥੇ ਬਾਬੇ ਨਾਨਕ ਨੇ ਆਪਣੇ ਦਰ ਖੋਲ੍ਹੇ ਨੇ। ਅਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰੂੰਗਾ ਕਿ ਆਹ ਜਿਹੜੀਆਂ ਲਾਈਟਾਂ ਜਗਦੀਆਂ ਨੇ ਇਹਨਾਂ ਤੋਂ ਕਦੀ ਨਫ਼ਰਤ ਦਾ ਪੈਗਾਮ ਨਾ ਆਵੇ, ਇਹਦੇ ਤੋਂ ਸ਼ਾਂਤੀ ਦਾ ਪੈਗਾਮ ਆਵੇ। ਮੈਂ ਤਾਂ ਇੱਥੇ ਜਿਹੜੀ ਕਿਹਾ ਮੈਂ ਤੁਹਾਨੂੰ ਪੰਜਾਬੀਆਂ ਲਈ, ਅਤੇ ਉੱਥੇ ਵੇਖੋ ਦੋਨਾਂ ਪੰਜਾਬ ਲਈ ਜਿਹੜੇ ਇੱਥੇ ਦਰਸ਼ਨ ਕਰਨ ਆਉਣਗੇ, ਦੋਨਾਂ ਪੰਜਾਬ ਦੇ ਉੱਥੇ ਜਦੋਂ ਅਸੀਂ ਗਏ ਹਾਂ ਪੰਜਾਬੀਆਂ ਨੇ ਉੱਥੇ ਜੋ ਅੱਜ ਸਵਾਗਤ ਕੀਤਾ, ਜੋ ਮੇਰੇ ਮੁਸਲਮਾਨ ਭਰਾਵਾਂ ਨੇ ਸਵਾਗਤ ਕੀਤਾ, ਜੇ ਉਹ ਖੜ੍ਹੇ ਸੀ ਤਾਂ ਖੁਸ਼ਾਮਦੀਦ ਖੁਸ਼ਾਮਦੀਦ ਉਹ ਕਹਿੰਦੇ ਨੇ, ਅਤੇ ਜਿਸ ਤਰ੍ਹਾਂ ਉਹਨਾਂ ਕੀਤਾ ਉਹਨਾਂ ਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ। ਅਤੇ ਜਿਹੜਾ ਉਹਨਾਂ ਨੇ ਕਿਹਾ ਕਿ ਉੱਥੇ ਕਿ ਦੋਨਾਂ ਦੇਸ਼ਾਂ ਦੇ ਇਹ ਜਿਹੜੇ ਕੁਰੱਤਣ ਖਤਮ ਹੋਣੀ ਚਾਹੀਦੀ ਹੈ ਬਾਬੇ ਨਾਨਕ ਦੇ ਅੱਜ ਮੁਕੱਦਸ ਦਿਨ ਦੇ ਉੱਤੇ, ਉਹ ਬੜੀ ਵੱਡੀ ਗੱਲ ਹੈ। ਅਤੇ ਜੇ ਕਿਤੇ ਜਿੱਦਾਂ ਇਮਰਾਨ ਖਾਨ ਨੇ ਇਹ ਕਿਹਾ ਕਿ ਦੋਨਾਂ ਦੇਸ਼ਾਂ ਦਾ ਵਪਾਰ ਵੀ ਖੁੱਲ੍ਹਣਾ ਚਾਹੀਦਾ ਦੋਨਾਂ ਇਹਨਾਂ ਦਾ ਵਿੱਚ, ਅਤੇ ਜੇ ਇਹ ਕਿਤੇ ਸਾਡੀ ਗੱਲ ਮੰਨੀ ਜਾਂਦੀ ਹੈ, ਮੈਂ ਨਹੀਂ ਕਹਿੰਦਾ ਡੇਰਾ ਬਾਬਾ ਨਾਨਕ 'ਚੋਂ ਖੁੱਲ੍ਹੇ, ਮੈਂ ਕਹਿੰਦਾ ਸਾਡਾ ਵਾਹਗਾ ਖੁੱਲ੍ਹ ਜੇ ਅਤੇ ਦੋਨੋਂ ਪੰਜਾਬ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਦੁਨੀਆ ਦੇ ਨੰਬਰ 1 ਦੇ ਨਖੇ 'ਤੇ ਆ ਜਾਏ। ਕੱਲ੍ਹ ਮੈਨੂੰ ਕਹਿ ਗਏ ਸੀਗੇ ਕਿ ਦੋਨੋਂ ਜਿਹੜੇ ਹੋਰ ਲਾਂਘੇ ਆ ਵਪਾਰ ਦੇ ਵੀ ਖੁੱਲ੍ਹਣੇ ਚਾਹੀਦੇ ਹੈਗੇ, ਪਿਆਰ ਦੇ ਲਾਂਘੇ ਤਾਂ ਖੁੱਲ੍ਹ ਕੇ ਹੈਗੇ ਆ, ਵਪਾਰ ਦੇ ਲਾਂਘੇ ਦੇ ਲਈ ਜੇ ਵੀ ਪਹਿਲੇ ਤੁਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਸਟੇਜ ਬਾਰੇ ਵਪਾਰ ਲਈ ਚਿੱਠੀ ਲਿਖੂਗੇ? ਮੈਂ ਇੱਕ ਵਾਰੀ ਨਹੀਂ ਲਿਖੀ, ਮੈਂ ਪਹਿਲਾਂ ਲਿਖੀ ਆ, ਮੇਰੇ ਖਿਆਲ ਉਹਦੀ ਤੁਹਾਨੂੰ ਮੈਂ ਜਿਸ ਵੇਲੇ ਮੈਂ ਮਿਨਿਸਟਰ ਬਣਿਆ ਸੀ ਮੈਂ ਉਸ ਟਾਈਮ ਵੀ ਲਿਖੀ ਸੀ, ਅਤੇ ਦੁਬਾਰਾ ਫਿਰ ਚਿੱਠੀ ਲਿਖਾਂਗੇ, ਮਿਲਾਂਗਾ ਵੀ। ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਉੱਥੇ ਮਿਲਦੇ ਹਾਂ ਬੈਠੇ, ਜਦੋਂ ਗਏ ਨੇ ਪੰਜਾਬ ਗਵਰਨਮੈਂਟ ਦੇ, ਅਤੇ ਉੱਥੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ, ਮੈਂ ਆਖਿਆ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਔਰ ਮੇਰਾ ਇਲਾਕਾ ਜਿਹੜਾ ਬਹੁਤ ਬੈਕਵਰਡ ਆ ਇਹਦੇ ਲਈ ਤੁਹਾਡੇ ਕੋਲ ਮੈਂ
टाइम लेना चाहना। उन्होंने मैंने कहा कि मेरे को टाइम लो, सारिया गल्लां कीतियां जाणगियां और कहा जाएगा कि ये जिहड़े बाबे नानक का कला रस्ता वधिया बूटे लाने नहीं, बाबे नानक ने कहा सी किरत करो, इत्थे उह जे प्रोजेक्ट आउण कि बाबे नानक नूं तां सच्ची श्रद्धांजलि होएगी, उहनूं तां असी जिहड़ी सच्ची श्रद्धा उहनां दी तां होएगी जदों बाबे नानक ने कहना किरत करो वंड छको, ਉਹ ਚੀਜ਼ ਅਸੀਂ ਜਿਸ ਦਿਨ ਲੈ ਕੇ ਆ ਗਏ ਉਹਦਾ ਹੋਏਗਾ। ਅਤੇ ਨਾਲ ਹੀ ਉਹਨਾਂ ਨੂੰ ਇਹ ਵੀ ਇੱਕ ਬੇਨਤੀ ਕਰੂੰਗਾ ਕਿ ਬਾਬੇ ਨਾਨਕ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜਿੰਨੀ ਦੇਰ ਗਵਰਨਮੈਂਟ ਆਫ ਇੰਡੀਆ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਕੋਈ ਰਾਹਤ ਦੇਵੇਗੀ ਤਾਂ ਇਹ ਜਿਹੜੀ ਨਾ ਪਵਨ ਠੀਕ ਹੋ ਸਕਦੀ ਆ ਨਾ ਪਾਣੀ ਠੀਕ ਹੋ ਸਕਦਾ ਅਤੇ ਜਿਹੜੀ ਅਸੀਂ ਧਰਤੀ ਸਾੜ ਰਹੇ ਹਾਂ ਇਹ ਵੀ ਉਹਨਾਂ 'ਚ ਨਹੀਂ ਹੋ ਸਕਦੀ। ਜੇ ਕਿਸਾਨ ਅੱਜ ਵੀ ਚਾਹੁੰਦੇ ਨੇ ਕਿ ਸਾਨੂੰ ਕੋਈ ਇਨਸੈਂਟਿਵ ਦਿਓ, ਸਾਡੇ ਨਾਲ ਕੋਈ ਮੁਆਹਦਾ ਕਰੋ, ਤਾਂ ਉਸੇ ਚੀਜ਼ ਦੇ ਵਿੱਚ ਪੰਜਾਬ ਸਰਕਾਰ ਕੋਲੋਂ ਮੈਂ ਉਹਨਾਂ ਕੋਲੋਂ ਆਪਣੇ ਡੇਰਾ ਬਾਬਾ ਕਲਾਨੌਰ ਦੇ ਵਿੱਚ 100 ਏਕੜ 'ਚ ਗੰਨਾ ਖੋਜ ਕੇਂਦਰ ਬਣਾ ਰਿਹਾ ਤਾਂ ਕਿ ਗੰਨੇ ਦੇ ਵਿੱਚ ਅੱਗ ਵੀ ਘੱਟ ਲੱਗਦੀ ਆ, ਪੋਲਿਊਸ਼ਨ ਵੀ ਘੱਟ ਆ। 2 ਮਿੱਲਾਂ ਅਸੀਂ ਲਾ ਰਹੇ ਹਾਂ। ਇਹ ਜਿਹੜੇ ਮੈਂ ਤੁਹਾਨੂੰ ਬੜਾ ਕੁਝ ਕਹਾਂਗਾ, ਬਾਬੇ ਨਾਨਕ ਨੇ ਜਿਹੜੀ ਅੱਜ ਕਿਰਪਾ ਕੀਤੀ ਆ ਨਾ, ਹੁਣ ਵੇਖਿਓ ਇਹ ਪੰਜਾਬ ਜਿਹੜਾ ਤਰੱਕੀ ਦੇ ਰਾਹ 'ਤੇ ਹੋਏਗਾ, ਹੁਣ ਬਾਬਾ ਨਾਨਕ ਇਹਨੂੰ ਉੱਪਰ ਹੀ ਉੱਪਰ ਲੈ ਕੇ ਜਾਏਗਾ। ਸਿੱਧੂ ਸਾਹਿਬ ਲਈ ਅੱਜ ਰੰਧਾਵਾ ਸਾਹਿਬ ਦਾ ਮਨ ਬਦਲਿਆ, ਕੱਲ੍ਹ ਤਾਂ ਥੋੜ੍ਹਾ ਜਿਹਾ ਤੁਸੀਂ ਨਹੀਂ, ਮੇਰੀ ਗੱਲ ਸੁਣੋ, ਮੈਂ ਇਹ ਮਨ ਮੇਰਾ ਇਹਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਅਸੈਂਬਲੀ ਦੇ ਵਿੱਚ ਸਿੱਧੂ ਨੂੰ ਜਦੋਂ ਅਕਾਲੀ ਦਲ ਕੋਰਨਰ ਕਰਦਾ ਸੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਸੀਗਾ, ਮੇਰੇ ਲਈ ਕੋਈ ਸਿੱਧੂ ਹੋਵੇ ਕੋਈ ਹੋਰ ਹੋਵੇ, ਜਿਹੜਾ ਬੰਦਾ ਕਾਂਗਰਸ ਦੇ ਅਗੇਂਸਟ ਗੱਲ ਕਰੇਗਾ ਸੁਖਜਿੰਦਰ ਸਿੰਘ ਰੰਧਾਵਾ ਉਹਦੇ ਨਾਲ ਖੜ੍ਹਾ ਹੋਏਗਾ। ਮੈਂ ਤੁਹਾਨੂੰ ਕੱਲ੍ਹ ਇਹ ਗੱਲ ਕਹੀ ਸੀ ਕਿ ਸਿੱਧੂ ਨੂੰ ਇਸ ਰਸਤੇ ਜਾਣਾ ਚਾਹੀਦਾ ਜਿਹੜੇ ਰਸਤੇ ਦੇ ਉੱਤੇ ਉਹਨੇ ਮੰਗ ਰੱਖੀ ਸੀ ਜਾਂ ਉੱਥੋਂ ਦੇ ਇਮਰਾਨ ਖਾਨ ਨੇ ਕਿਹਾ ਸੀ, ਇਹਨੂੰ ਵਾਇਆ ਵਾਹਗਾ ਨਹੀਂ ਜਾਣਾ ਚਾਹੀਦਾ, ਅਤੇ ਉਹ ਮੇਰੀ ਮੰਗ ਪੂਰੀ ਮੇਰੇ ਮਨ ਦੀ ਬਾਬੇ ਨਾਨਕ ਨੇ ਮੰਨ ਲਈ, ਪਤਾ ਨਹੀਂ ਸਿੱਧੂ ਨੇ ਮੰਨੀ ਕਿ ਨਹੀਂ ਮੰਨੀ। ਨਹੀਂ ਮੇਰਾ ਮਨ ਪਹਿਲਾਂ ਵੀ ਨਹੀਂ ਉਹਦੇ ਕਦੀ ਅਗੇਂਸਟ ਹੋਇਆ, ਤੁਸੀਂ ਮੇਰੇ ਖਿਆਲ ਮੈਨੂੰ ਘੱਟ ਮਿਲਦੇ ਰਹੇ, ਉਹ ਬਹੁਤ ਜ਼ਿਆਦਾ ਮਿਲਦੇ ਰਹੇ ਨੇ, ਨਹੀਂ ਤਾਂ ਪਹਿਲਾਂ ਵੀ ਬਹੁਤ ਵਧੀਆ ਹੁੰਦੇ ਸੀ। ਉਹਨੂੰ ਕਾਂਗਰਸ 'ਚ ਸਭ ਤੋਂ ਪਹਿਲਾਂ ਮੈਂ ਤਾਂ ਪ੍ਰਗਟ ਨੇ ਜਾ ਕੇ ਅਪਰੋਚ ਕੀਤਾ ਸੀ। ਨਿਓ ਸਿੰਘ ਸਿੱਧੂ ਕਰਤਾਰਪੁਰ ਕੋਰੀਡੋਰ ਤੋਂ ਵਾਪਸ ਆ ਚੁੱਕੇ ਹੈਗੇ ਆ, ਉਹਨਾਂ ਦੇ ਬਹੁਤ ਹੀ ਨੇੜਲੇ ਸਾਥੀ ਅਤੇ ਖਿਡਾਰੀ ਪ੍ਰਗਟ ਸਿੰਘ ਇਸ ਵਕਤ ਸਾਡੇ ਮੌਜੂਦ ਹੈਗੇ, ਉਹ ਵੀ ਵਾਪਸ ਆਏ ਹੈਗੇ। ਪ੍ਰਗਟ ਸਿੰਘ ਜੀ, ਹਮੇਸ਼ਾ ਤੁਸੀਂ ਹਾਕੀ ਦੇ ਮੈਦਾਨ 'ਚੋਂ ਸੁਨੇਹਾ ਲੈ ਕੇ ਜਾਂਦੇ ਸੀਗੇ ਸ਼ਾਂਤੀ ਦਾ, ਹੁਣ ਲਾਂਘੇ ਜ਼ਰੀਏ ਸ਼ਾਂਤੀ ਦਾ ਸੁਨੇਹਾ ਲੈ ਕੇ ਆਏ ਹੋ, ਉੱਥੇ ਕੀ ਕਿਹਾ ਗਿਆ ਤੁਹਾਨੂੰ? ਨਹੀਂ ਦੇਖੋ, ਅਲਟੀਮੇਟਲੀ ਤਾਂ ਉਹ ਫਿਲੋਸਫੀ ਆ, ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਜਿਹੜੀ 550 ਸਾਲ ਪਹਿਲਾਂ ਕਹੀ ਗਈ ਸੀ ਉਹ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜੀ ਉਹ ਬੜੀ ਢੁਕਵੀਂ ਹੈਗੀ ਆ। ਸੋ ਸਾਨੂੰ ਉਸ ਫਿਲੋਸਫੀ 'ਤੇ ਪਹਿਰਾ ਦੇਣ ਦੀ ਜ਼ਰੂਰਤ ਹੈਗੀ ਆ, ਔਰ ਉਸ ਉਹ ਫਿਲੋਸਫੀ ਇਹ ਆ ਕਿ ਅਸੀਂ ਸਾਂਝੀ ਵਾਲਤਾ ਦੀ ਗੱਲ ਕਰੀਏ, ਅਸੀਂ ਭਾਈਚਾਰੇ ਦੀ ਗੱਲ ਕਰੀਏ, ਅਸੀਂ ਇਨਸਾਨੀਅਤ ਦੀ ਗੱਲ ਕਰੀਏ, ਅਤੇ ਜਿਹੜਾ ਅਸੀਂ ਲੜਾਈਆਂ ਝਗੜਿਆਂ ਦੇ ਵਿੱਚ ਆਪਣਾ ਸਮਾਂ ਆਪਣਾ ਜਿਹੜਾ ਐਨਰਜੀ ਬਰਬਾਦ ਕਰਦੇ ਹਾਂ ਉਹ ਅਸੀਂ ਡਿਵੈਲਪਮੈਂਟ 'ਤੇ ਲਾਈਏ ਤਾਂ ਕਿ ਹਿੰਦੁਸਤਾਨ ਵੀ ਔਰ ਪਾਕਿਸਤਾਨ ਵੀ ਜਿਹੜਾ ਗਰੋ ਹੋ ਸਕੇ। ਅਕਸਰ ਸਰਹੱਦ 'ਤੇ ਪਰੇਡ ਜਦੋਂ ਹੁੰਦੀ ਆ, ਰਿਟ੍ਰੀਟ ਸੈਰੇਮਨੀ ਹੁੰਦੀ ਆ, ਉਦੋਂ ਜੋਸ਼ ਦਿਖਾਇਆ ਜਾਂਦਾ ਹੈਗਾ, ਅੱਜ ਉਸ ਜੋਸ਼ ਦਾ ਦਿਨ ਤਾਂ ਨਹੀਂ ਸੀਗਾ, ਫਰਕ ਕੀ ਮਹਿਸੂਸ ਹੋਇਆ? ਜੋਸ਼ ਮੈਨੂੰ ਨਹੀਂ ਲੱਗਦਾ, ਦੇਖੋ ਸਪਿਰਿਟ ਜ਼ਰੂਰ ਹੋਣੀ ਚਾਹੀਦੀ ਆ, ਲੇਕਿਨ ਜੋਸ਼ ਇੱਕ ਪੋਜ਼ਿਟਿਵ ਜੋਸ਼ ਹੋਣਾ ਚਾਹੀਦਾ ਤਾਂ ਕਿ ਅਸੀਂ ਜਦੋਂ ਸਾਰੇ ਇੱਕ ਦੂਸਰੇ ਨੂੰ, ਦੇਖੋ ਜੇ ਬਰਲਿਨ ਦੀ ਵਾਲ ਡਿੱਗ ਸਕਦੀ ਆ ਉਹ ਲੋਕ ਜਿਹੜੇ ਇਕੱਠੇ ਹੋ ਸਕਦੇ ਆ, ਸਾਨੂੰ ਕੀ ਪ੍ਰੋਬਲਮ ਹੈ? ਅਸੀਂ ਵੀ ਚੰਗੇ ਇਨਸਾਨ ਬਣ ਕੇ, ਕਿਉਂਕਿ ਗੁਰੂ ਨਾਨਕ ਦੀ ਫਿਲੋਸਫੀ ਇਹ ਸੀਗੀ, ਉਹ ਕਦੀ ਵੀ ਕਿਸੇ ਧਰਮ ਦੀ ਜਾਤ ਪਾਤ ਦੀ ਕਿਸੇ ਦੀ ਗੱਲ ਹੀ ਨਹੀਂ ਸੀ ਕਰਦੇ, ਉਹ ਤਾਂ ਇਨਸਾਨੀਅਤ ਦੀ ਗੱਲ ਕਰਦੇ, ਜਿੱਥੇ ਵੀ ਗਏ ਉਹਨਾਂ ਨੇ ਲੋਕਾਂ ਨੂੰ ਜੋੜਿਆ ਤੋੜਿਆ ਤਾਂ ਹੈ ਨਹੀਂ। ਸੋ ਇਸ ਕਰਕੇ ਇਸ ਫਿਲੋਸਫੀ 'ਤੇ ਪਹਿਰਾ ਦੇਣ ਦੀ ਜ਼ਰੂਰਤ। ਨਵਜੋਤ ਸਿੰਘ ਸਿੱਧੂ ਦੀ ਸਪਿਰਿਟ 'ਤੇ ਸਵਾਲ ਕਿਉਂ ਉੱਠਦੇ ਆ ਫਿਰ ਇੱਥੇ? ਦੇਖੋ ਉਹ ਤਾਂ ਕੁਛ ਸੈਕਸ਼ਨ ਆਫ ਮੀਡੀਆ ਜਾਂ ਕਈਆਂ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ, ਪਰ ਮੈਨੂੰ ਲੱਗਦਾ ਜਿਹੜੀ ਗੱਲ ਠੀਕ ਹੈ ਉਹਨੂੰ ਠੀਕ ਕਹਿਣਾ ਚਾਹੀਦਾ। ਸਿੱਧੂ ਸਾਹਿਬ ਦੀ ਤਕਰੀਰ ਅੱਜ ਦੀ 'ਤੇ ਜਦੋਂ ਨੀਂਹ ਪੱਥਰ ਰੱਖਿਆ ਗਿਆ ਸੀਗਾ, ਉਹਨਾਂ ਵਿੱਚ ਤੁਹਾਨੂੰ ਕੀ ਫਰਕ ਮਹਿਸੂਸ ਹੋਇਆ?
ਕਿ ਕੋਈ ਖਾਸ ਫਰਕ ਨਹੀਂ। ਬੇਸਿਕਲੀ ਉਹਨਾਂ ਨੇ ਵੀ ਦੋਨਾਂ ਗਵਰਨਮੈਂਟਾਂ ਦੀ ਤਾਰੀਫ ਕੀਤੀ ਹੈਗੀ ਆ ਕਿਉਂਕਿ ਉਹਨਾਂ ਦੇ ਇਮਰਾਨ ਖਾਨ ਨਾਲ ਖਿਡਾਰੀ ਹੋਣ ਕਰਕੇ ਸੰਬੰਧ ਚੰਗੇ ਆ। ਸੋ ਇਸ ਕਰਕੇ ਉਹਦੇ ਵਿੱਚ ਵੀ ਯੋਗਦਾਨ ਹੈਗਾ, ਸਰਕਾਰਾਂ ਦਾ ਵੀ ਯੋਗਦਾਨ ਹੈਗਾ ਕਿਉਂਕਿ ਸਰਕਾਰਾਂ ਤੋਂ ਬਿਨਾਂ ਵੀ ਨਹੀਂ ਖੁੱਲ੍ਹ ਸਕਦਾ ਸੀ। ਸੋ ਇਸ ਕਰਕੇ ਉਸ ਹਰ ਬੰਦੇ ਦਾ ਧੰਨਵਾਦ ਹੈ। ਮੈਂ ਤਾਂ ਕਹਿੰਦਾ ਜਿਹੜੇ ਉਸ ਜਗ੍ਹਾ ਦੇ ਉਸ ਗੁਰੂ ਨਾਨਕ ਨਾਮ ਲੇਵਾ ਜਿਹੜੀ ਫਿਲੋਸਫੀ ਆ ਉਹਦੀ ਬੇਸ ਦੇ ਦਰਸ਼ਨ ਕਰਵਾਏ ਆ। ਸਰ ਮੋਦੀ ਸਾਹਿਬ ਨੇ ਅੱਜ ਪਹਿਲੀ ਵਾਰ ਇਮਰਾਨ ਖਾਨ ਸਾਹਿਬ ਦਾ ਧੰਨਵਾਦ ਕੀਤਾ ਹੈਗਾ, ਮੀਆਂ ਇਮਰਾਨ ਕਿਹਾ ਹੈਗਾ। ਅਤੇ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਇਹ ਗੱਲ ਕਹਿ ਰਹੇ ਹੈਗੇ ਆ ਪੰਜਾਬੀਆਂ ਦੇ ਚੂੜੀਆਂ ਨਹੀਂ ਪਾਈਆਂ ਹੈਗੀਆਂ, ਦੋਨਾਂ ਬਿਆਨਾਂ ਦੇ ਵਿੱਚ ਤੁਸੀਂ ਕੀ ਕਮੈਂਟ ਕਰਨਾ ਚਾਹੋਗੇ? ਨਹੀਂ ਦੇਖੋ, ਮੈਨੂੰ ਤਾਂ ਐਂ ਲੱਗਦਾ ਕਿ ਜਦੋਂ ਵੀ ਸਾਰੀ ਉਹ ਪੋਜ਼ਿਟਿਵ ਗੱਲ ਹੁੰਦੀ ਹੈ ਤਾਂ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਕੈਪਟਨ ਸਾਹਿਬ ਨੂੰ ਅੱਜ ਦੇ ਦਿਹਾੜੇ 'ਤੇ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ? ਸਾਰਿਆਂ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ। ਚਲੋ, ਤੁਸੀਂ ਪੋਜ਼ਿਟਿਵਿਟੀ ਦਾ ਸੁਨੇਹਾ ਲੈ ਕੇ ਆਏ ਹੋ ਪ੍ਰਗਟ। ਡੈਫੀਨੇਟਲੀ ਸਾਡੇ ਵਿੱਚ ਆਪਸ ਵਿੱਚ ਖੇਡਾਂ ਸ਼ੁਰੂ ਹੋ ਸਕਦੀਆਂ? ਨਹੀਂ, ਹਰ ਚੀਜ਼ ਉਹ ਸ਼ੁਰੂ ਹੋ ਸਕਦੀ ਹੈ ਜਿਹੜੀ ਦੋਨਾਂ ਦੇਸ਼ਾਂ ਨੂੰ, ਦੋਨਾਂ ਆਵਾਮ ਨੂੰ ਜਿਹੜਾ ਨੇੜੇ ਲੈ ਕੇ ਆਵੇ। ਦੋਹਾਂ ਪੰਜਾਬਾਂ ਦੇ ਵਿਚਾਲੇ ਸਾਂਝ ਦੀ ਤੁਸੀਂ ਗੱਲ ਕਰੋ, ਦੋਨਾਂ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਹੋ ਜੂਗੀ ਤਾਂ ਪੰਜਾਬਾਂ ਦੇ ਵਿੱਚ ਆਟੋਮੈਟਿਕ ਹੋ ਜੂਗੀ। ਅਬਰਾੜ ਸਾਹਿਬ, ਤੁਸੀਂ ਤਾਂ ਬਹੁਤ ਦੇਰ ਦੀ ਮੰਗ ਕਰਦੇ ਪਏ ਸੀ ਮੈਂ ਕਰਤਾਰਪੁਰ ਕੋਰੀਡੋਰ ਜਾਣਾ ਹੈ। ਦੇਖੋ, ਬੜਾ ਮੁਕੱਦਸ ਦਿਨ ਹੈ, ਪਾਕਿਸਤਾਨ ਦੀ ਹਕੂਮਤ ਨੇ ਔਰ ਉੱਥੋਂ ਦੇ ਆਵਾਮ ਨੇ ਜਿੰਨਾ ਅੱਛਾ ਇੰਤਜ਼ਾਮ ਔਰ ਜਿੰਨੇ ਪਿਆਰ ਦਾ ਸਬੂਤ ਦਿੱਤਾ ਹੈ ਬੇਮਿਸਾਲ ਹੈ। ਔਰ ਸ਼ਾਇਦ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਘਟਨਾ ਜਿਹੜੀ ਹੈ, ਗੁਰੂ ਨਾਨਕ ਕਿਉਂਕਿ ਸਰਬੱਤ ਦੇ ਭਲੇ ਦੇ ਮੁਰਸ਼ਦ ਨੇ, ਇਸ ਕਰਕੇ ਬੜੀ ਖੁਸ਼ੀ ਹੋਈ ਹੈ। ਅੱਜ ਪੰਜਾਬ ਦੇ ਉਹ ਸਾਰੇ ਰਾਈਟਰ, ਪੋਏਟ, ਪੰਜਾਬ ਨੂੰ ਪਿਆਰ ਕਰਨ ਵਾਲੀ ਪੰਜਾਬੀਅਤ ਸਾਰੀ ਜਿਹੜੀ ਹੈ ਉਹ ਦੁਨੀਆ ਭਰ ਵਿੱਚ ਗਦਗਦ ਹੈ। ਇਸ ਤੋਂ ਵੱਡੀ ਖੁਸ਼ੀ ਦਾ ਮੁਕਾਮ ਨਹੀਂ ਹੋ ਸਕਦਾ। ਆਵਾਜ਼ੇ ਪੰਜਾਬ ਨੂੰ ਉੱਧਰਲੇ ਪੰਜਾਬ ਜਾ ਕੇ ਕੁਝ ਬੋਲਣ ਦਾ ਮੌਕਾ ਮਿਲਿਆ? ਦਿਲ ਕਰਦਾ ਸੀ ਬੋਲਿਆ ਜਾਵੇ। ਬੋਲਣ ਦਾ ਤਾਂ ਮੌਕਾ ਮੈਨੂੰ ਨਹੀਂ ਮਿਲਿਆ ਕਿਉਂਕਿ ਉੱਥੇ ਟਾਈਮ ਰਿਸਟ੍ਰੇਂਟ ਸੀ। ਮਾਨਯੋਗ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਇਸ ਲਾਂਘੇ ਲਈ ਬੜਾ ਇਤਿਹਾਸਕ ਰੋਲ ਅਦਾ ਕੀਤਾ, ਉਹਨਾਂ ਨੇ ਬੜੀ ਅੱਛੀ ਤਕਰੀਰ ਕੀਤੀ ਔਰ ਨਾਲ ਹੀ ਇਮਰਾਨ ਖਾਨ ਸਾਹਿਬ ਨੇ ਵੀ ਬਹੁਤ ਅੱਛੀ ਤਕਰੀਰ ਕੀਤੀ ਹੈ ਔਰ ਅਸੀਂ ਉੱਥੇ ਮਹਾਰਾਜ ਅੱਗੇ ਅਰਦਾਸਾਂ ਕੀਤੀਆਂ। ਤੁਹਾਡੀ ਮਿਹਰਬਾਨੀ। ਉਸ ਤਕਰੀਰ 'ਚੋਂ ਭਾਰਤ ਦੇ ਲਈ ਸ਼ਾਂਤੀ ਦਾ ਸੁਨੇਹਾ ਲੈ ਕੇ ਆਏ ਹੋ ਤੁਸੀਂ? ਡੈਫੀਨੇਟਲੀ, ਮੈਂ ਸਮਝਦਾ ਕਿ ਮੈਂ ਤਾਂ ਇਹ ਕਿਹਾ ਹੈ ਜਿਹੜਾ ਕਿਸੇ ਨੇ ਉੱਥੇ ਉੱਥੋਂ ਦੀ ਪ੍ਰੈਸ ਨੂੰ ਸ਼ਾਇਦ ਨਾ ਕਿਹਾ ਹੋਵੇ ਕਿ ਸਾਨੂੰ ਪਰਮਾਨੈਂਟ ਨੋ ਵਾਰ ਪੈਕਟ ਵਿਦ ਪਾਕਿਸਤਾਨ, ਹਮੇਸ਼ਾ ਲਈ ਹਿੰਦੁਸਤਾਨ ਨੂੰ ਔਰ ਪੰਜਾਬ ਔਰ ਪਾਕਿਸਤਾਨ ਇਕੱਠੇ ਰਹਿਣ, ਸਾਨੂੰ ਨੋ ਵਾਰ ਪੈਕਟ ਜਿਹੜਾ ਪਰਮਾਨੈਂਟ ਇਹ ਇੱਕ ਤਰ੍ਹਾਂ ਨਾਲ UNO ਦੀ ਸਦਾਰਤ ਹੇਠਾਂ ਸਾਈਨ ਕਰ ਦੇਣਾ। ਇੱਕ ਆਖਰੀ ਸਵਾਲ ਬਰਾੜ ਸਾਹਿਬ, ਲਾਂਘੇ ਹੋਰ ਵੀ ਖੁੱਲ੍ਹਣੇ ਚਾਹੀਦੇ ਹੈਗੇ, ਸਾਡਾ ਅਰਥਚਾਰਾ ਤਾਂ ਹੀ ਮਜ਼ਬੂਤ ਹੋਊਗਾ। ਪੰਜਾਬ ਹੈ ਇਸ ਵਕਤ ਦੀ ਆਰਥਿਕ ਕੰਡੀਸ਼ਨ ਤੁਹਾਨੂੰ ਪਤਾ ਹੈਗੀ ਹੈ ਜੀ, ਉਸ ਲਾਂਘਿਆਂ ਬਾਰੇ ਕੋਈ ਜ਼ਿਕਰ ਕੀਤਾ ਹੈਗਾ, ਉਸ ਲਾਂਘਿਆਂ ਬਾਰੇ ਕੋਈ ਗੱਲਬਾਤ ਕੀਤੀ? ਇਸ ਮੌਕੇ 'ਤੇ ਤਾਂ ਗੱਲ ਨਹੀਂ ਹੋਈ, ਲੇਕਿਨ ਇੱਕ ਸ਼ੁਰੂਆਤ ਹੈ, ਆਗਾਜ਼ ਤਾਂ ਬਹੁਤ ਅੱਛਾ ਹੈ ਔਰ ਅੰਜਾਮ ਅੱਛੇ ਹੋਣਗੇ। ਚਲੋ, ਬਹੁਤ ਧੰਨਵਾਦ। ਇਹ ਜਗਮੀਤ ਸਿੰਘ ਬਰਾੜ ਜਿਹੜੇ ਆਵਾਜ਼ ਹੈ ਪੰਜਾਬ ਜਿਨ੍ਹਾਂ ਨੂੰ ਖਿਤਾਬ ਮਿਲਿਆ ਹੋਇਆ, ਉਹ ਇਸ ਵਕਤ ਸਾਨੂੰ ਦੱਸ ਰਹੇ ਸਨ ਕਿ ਦੋਹਾਂ ਮੁਲਕਾਂ ਦੇ ਵਿਚਾਲੇ ਇੱਕ ਅੱਛਾ ਆਗਾਜ਼ ਹੋਇਆ ਅਤੇ ਇਸ ਆਗਾਜ਼ ਤੋਂ ਬਾਅਦ ਆ ਜਿਹੜੇ ਉਹ ਕਦਮ ਹੋਰ ਅੱਗੇ ਵਧਣਗੇ। ਕਰਤਾਰਪੁਰ ਕੋਰੀਡੋਰ ਤੋਂ ਮੱਥਾ ਟੇਕ ਕੇ ਸੰਗਤ ਵਾਪਸ ਆ ਰਹੀ ਹੈ। ਜਗਮੋਹਨ ਸਿੰਘ ਕਾਂਗੇ ਸੋ ਸਾਡਾ ਮੌਜੂਦ ਹੈਗੇ ਆ। ਕਾਂਗ ਸਾਹਿਬ, ਕਿਸ ਤਰ੍ਹਾਂ ਤਜਰਬਾ ਰਿਹਾ? ਦਰਸ਼ਨ ਕਰਕੇ ਬਹੁਤ ਅੱਛਾ ਲੱਗਿਆ। ਗੁਰੂ ਸਾਹਿਬ ਦੀ ਜੀਵਨੀ ਯਾਦ ਆ ਗਈ ਜਿੱਥੇ ਉਹਨਾਂ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਬੜੀ ਵੱਡੀ ਗਿਣਤੀ ਜੱਜ ਕੈਪਟਨ ਸਾਹਿਬ ਦੀ ਅਗਵਾਈ ਥੱਲੇ ਪੰਜਾਬ ਤੋਂ ਆਈ ਹੋਈ ਸੀ। ਬੜਾ ਅੱਛਾ ਪ੍ਰਬੰਧ ਸੀ ਸਾਰਾ ਗੁਰਦੁਆਰਾ ਸਾਹਿਬ ਦਾ ਅੰਦਰ, ਤਾਂ ਮੈਂ ਪੰਜਾਬ ਸਰਕਾਰ ਨੂੰ ਵਧਾਈ ਦਿੰਦਾ ਐਡੇ ਵੱਡੇ ਮੁੱਲੇ ਕੰਮ ਦੀ। ਜਦੋਂ ਕੰਗ ਸਾਹਿਬ ਤੁਸੀਂ ਉੱਥੇ ਗਏ ਅਤੇ ਉੱਥੇ ਸੰਬੋਧਨ ਵੀ ਹੋਏ ਆ, ਉਸ ਸੰਬੋਧਨ ਦੇ ਵਿੱਚ ਤੁਸੀਂ ਕੀ ਸੁਨੇਹਾ ਲੈ ਕੇ ਆਏ ਹੋ ਭਾਰਤ ਦੀ ਧਰਤੀ? ਸੰਬੋਧਨ ਮੈਂ ਨਹੀਂ ਸੁਣਿਆ, ਇਸ ਤਾਂ ਮੱਥਾ ਟੇਕ ਰਹੀ ਉਸ ਟਾਈਮ, ਮੈਂ ਦੇਖੇ ਸੁਣਿਆ ਨਹੀਂ। ਉਹ ਕਾਫੀ ਲੋਕ ਬੋਲ ਰਹੇ ਸੀ, ਨਹੀਂ ਪਤਾ ਕੌਣ ਕੌਣ ਬੋਲ ਰਹੇ ਸੀ। ਸ਼ਾਂਤੀ ਦਾ ਲਾਂਘਾ ਬਣੂਗਾ ਇਹ? ਹਾਂ, ਬਹੁਤ ਅੱਛਾ ਰਹੇਗਾ ਮਾਹੌਲ। ਉਮੀਦ ਹੈ ਕਿ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਿੱਚ ਨਵੀਂ ਸ਼ੁਰੂਆਤ ਹੋਊਗੀ ਅਮਨ ਸ਼ਾਂਤੀ ਦੀ, ਸਦਭਾਵਨਾ ਦੀ। ਸਾਬਕਾ ਮੈਂਬਰ ਪਾਰਲੀਮੈਂਟ, ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਸੁਪ੍ਰੇਮ ਸਿੰਘ ਚੰਦੂ ਮਹਾਰਾਜ ਤੁਹਾਡਾ ਮੌਜੂਦ ਹੈ ਕਿ ਚੰਦੂ ਮਹਾਰਾਜ ਸਾਹਿਬ ਜਾ ਕੇ ਆਏ ਹੋ, ਮੱਥਾ ਟੇਕ ਕੇ ਆਏ ਹੋ, ਕੀ ਲੈ ਕੇ ਆਏ ਹੋ? ਅੱਜ ਗੁਰੂ ਤੋਂ ਦੁਆਵਾਂ ਅਰਦਾਸਾਂ ਮੰਗ ਕੇ ਆਏ ਹਾਂ ਕਿ ਪਰਮਾਤਮਾ ਵਾਹਿਗੁਰੂ ਬਾਬਾ ਨਾਨਕ ਮਿਹਰ ਕਰੇ ਸਾਨੂੰ ਸਰਬੱਤ ਦੇ ਭਲੇ 'ਤੇ, ਮਾਨਵਤਾ ਦੀ ਸੇਵਾ 'ਤੇ, ਸਾਂਝੀ ਵਾਲਤਾ 'ਤੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ 'ਤੇ ਚੱਲਣ ਦੀ ਸ਼ਕਤੀ 'ਤੇ ਬੁੱਧੀ ਬਖਸ਼ੇ। ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਚਾਅ ਉਤਸ਼ਾਹ ਪਾਕਿਸਤਾਨ ਦੇ ਆਵਾਮ ਵਿੱਚ ਸੀ, ਪਾਕਿਸਤਾਨ ਦੀ ਸਰਕਾਰ ਵਿੱਚ ਸੀ ਸਾਡਾ ਸਵਾਗਤ ਕਰਨ ਦੇ ਲਈ, ਉਹਦੀ ਅਸੀਂ ਬੜੇ ਮਾਣ ਅਤੇ ਖੁਸ਼ੀ ਮਹਿਸੂਸ ਕਰਦੇ ਹਾਂ। ਔਰ ਮੈਂ ਧੰਨਵਾਦ ਵੀ ਕਰਦਾ ਉੱਥੋਂ ਦੀ ਸਰਕਾਰ ਦਾ, ਉੱਥੋਂ ਦੀ ਆਵਾਮ ਦਾ। ਔਰ ਮੈਨੂੰ ਇਸ ਤਰ੍ਹਾਂ ਨਜ਼ਰ ਆ ਰਿਹਾ ਸੀ ਕਿ ਇਹ ਜਿਹੜਾ ਲਾਂਘਾ ਇਹ ਕੇਵਲ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਦੁਆਰੇ ਹੀ ਸੁਖਾਲੇ ਨਹੀਂ ਕਰੇਗਾ, ਬਲਕਿ ਦੋਵੇਂ ਮੁਲਕਾਂ ਦੇ ਆਵਾਮ ਦੇ ਦਿਲ ਵੀ ਜੋੜੇਗਾ, ਦੋਵੇਂ ਮੁਲਕਾਂ ਦੇ ਵਿੱਚ ਪਏ ਖਿਚਾਅ, ਤਣਾਅ, ਟਕਰਾਅ ਨੂੰ ਖਤਮ ਵੀ ਕਰੇਗਾ।
ਤੁਸੀਂ ਅਕਸਰ ਚਿੱਠੀਆਂ ਲਿਖਦੇ ਰਹਿੰਦੇ ਹੋ ਪ੍ਰਧਾਨ ਮੰਤਰੀ ਸਾਹਿਬ ਨੂੰ, ਜਿਹੜਾ ਪੰਜਾਬ ਦੇ ਵਿੱਚ ਅਰਥਚਾਰਾ ਮਜ਼ਬੂਤ ਕਰਨ ਦੇ ਲਈ ਲਾਂਘੇ ਹੋਰ ਖੁੱਲ੍ਹਣੇ ਚਾਹੀਦੇ ਹੈਗੇ ਆ, ਉਸ ਬਾਰੇ ਚੰਦੂਮਾਰਾ ਸਾਹਿਬ ਕਦੇ ਜ਼ਿਕਰ ਕਰਨਗੇ ਪ੍ਰਧਾਨ ਮੰਤਰੀ ਸਾਹਿਬ ਕੋਲੇ, ਜਾਂ ਆਪਣੀ ਪਾਰਟੀ ਦੇ ਕੋਲੇ ਕੋਈ ਇਹੋ ਜਿਹਾ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ ਕਿ ਵਫਦ ਲੈ ਕੇ ਉੱਥੇ ਜਾਇਆ ਜਾਵੇ? ਕਿਹੜੇ ਲਾਂਘੇ ਹੋਰ ਖੁੱਲ੍ਹਣੇ? ਜਿਹੜੇ ਅਰਥਚਾਰੇ ਦੇ ਲਈ ਮਜ਼ਬੂਤ ਹੋਣਾ ਸਾਡਾ ਅਟਾਰੀ ਵਾਹਗਾ ਬਾਰਡਰ, ਉਹ ਜਿਹੜਾ ਅਰਥਚਾਰੇ, ਦੇਖੋ ਅਸੀਂ ਜ਼ਰੂਰ ਇਹ ਦੋਨੇ ਮੁਲਕਾਂ ਦੀ ਸਰਕਾਰਾਂ ਨੂੰ ਇਹ ਮੰਗ ਕਰਾਂਗੇ। ਮੈਂ ਭਾਰਤ ਦੀ ਲੋਕ ਸਭਾ ਵਿੱਚ ਵੀ ਮੰਗ ਕੀਤੀ, ਤੁਸੀਂ ਯਾਦ ਕਰਾਇਆ ਕਿ ਜਿਹੜਾ ਇੰਟੈਗ੍ਰੇਟਡ ਚੈੱਕ ਪੋਸਟ ਬਾਘੇ 'ਤੇ ਆ, ਇਹ ਇੱਥੇ ਬੜਾ ਰਸ਼ ਹੋ ਜਾਂਦਾ। ਇੱਥੇ ਵੈਸੇ ਵੀ ਕੁਛ ਆਈਟਮਾਂ ਹੀ ਜਾਂਦੀਆਂ ਨੇ, ਬਾਕੀ ਆਈਟਮਾਂ 'ਤੇ ਰਿਸਟ੍ਰਿਕਸ਼ਨ ਲੱਗੀ ਆ। ਜਦੋਂ ਸਮੁੰਦਰੀ ਰਸਤੇ 361 ਵਸਤੂਆਂ ਜਾ ਸਕਦੀਆਂ ਨੇ, ਤਾਂ ਫਿਰ ਵਾਘੇ ਬਾਰਡਰ ਰਾਹੀਂ ਕੇਵਲ 166 ਵਸਤੂਆਂ ਨੂੰ ਕੀ ਆਗਿਆ ਦਿੱਤੀ ਜਾ ਰਹੀ ਆ? ਇਹ ਸਾਡੇ ਵਪਾਰ 'ਤੇ ਅਸਰ ਪਾਉਂਦਾ। ਅਸੀਂ ਕਹਿੰਦੇ ਹਾਂ ਇੱਕ ਇੰਟੈਗ੍ਰੇਟਡ ਚੈੱਕ ਪੋਸਟ ਹੋਰ ਹੋਣੀ ਚਾਹੀਦੀ ਆ, ਔਰ ਇਹ ਵਾਘੇ ਬਾਰਡਰ 'ਤੇ ਵਪਾਰ ਜਿਹੜਾ ਖੁੱਲ੍ਹਣਾ ਚਾਹੀਦਾ, ਤਾਂ ਕਿ ਸਾਡੇ ਲੋਕਾਂ ਦੀ ਆਰਥਿਕਤਾ ਸੁਧਰ ਸਕੇ। ਅਕਸਰ ਤੁਸੀਂ ਪਾਰਲੀਮੈਂਟ ਵਿੱਚ ਇਹ ਗੱਲ ਕਹਿੰਦੇ ਸੀਗੇ ਕਿ ਕੇਂਦਰ ਸਰਕਾਰਾਂ ਪੰਜਾਬ ਨਾਲ ਵਿਤਕਰਾ ਕਰਦੀਆਂ ਹੈਗੀਆਂ, ਅੱਜ ਵੀ ਵਿਤਕਰਾ ਹੋ ਰਿਹਾ ਪੰਜਾਬ ਨਾਲ? ਦੇਖੋ ਕੁਦਰਤੀ ਤੌਰ 'ਤੇ ਜਿਹੜਾ ਸੂਬਿਆਂ ਦੀ ਆਪਣੀ ਲੋੜ, ਸੂਬਿਆਂ ਦੇ ਆਪਣੇ ਮਸਲੇ ਜਿਹੜੇ ਨੇ, ਉਹਨਾਂ ਨੂੰ ਹੱਲ ਕਰਨ ਦੇ ਵਿੱਚ ਮੈਂ ਸਮਝਦਾ ਲੋੜ ਸਾਨੂੰ ਅੱਜ ਵੀ ਅਜੇ ਜ਼ਰੂਰਤ ਆ, ਕਿਉਂਕਿ ਪੰਜਾਬ ਇੱਕ ਐਸਾ ਸੂਬਾ ਜਿਹੜਾ ਸਰਹੱਦ 'ਤੇ ਆ, ਪੰਜਾਬ ਇੱਕ ਐਸਾ ਸੂਬਾ ਜਿਹਨੇ ਦੇਸ਼ ਦੇ ਬਟਵਾਰੇ ਦਾ ਨੁਕਸਾਨ ਝੱਲਿਆ, ਪੰਜਾਬ ਇੱਕ ਐਸਾ ਸੂਬਾ ਜਿਹਨੂੰ ਭਾਸ਼ਾ ਦੇ ਮਾਮਲੇ ਦੇ ਵਿੱਚ ਵੀ ਸੰਘਰਸ਼ ਕਰਕੇ ਸੂਬਾ ਬਣਾਉਣਾ ਪਿਆ, ਪਾਣੀ ਲੈਣ ਵਾਸਤੇ ਵੀ ਲੜਾਈ ਲੜਨੀ ਪੈ ਰਹੀ ਆ, ਇਲਾਕੇ ਲੜਨ ਵਾਸਤੇ ਵੀ ਲੜਾਈ ਲੜਨੀ ਪੈ ਰਹੀ ਆ, ਅਤੇ ਸਾਡੇ ਇੱਥੇ ਵੱਡੀ ਇੰਡਸਟਰੀ ਕੋਈ ਨਹੀਂ ਲੱਗੀ, ਅਤੇ ਅੱਜ ਵੀ ਅਸੀਂ ਭਾਰਤ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜ਼ਰੂਰ ਸਰਹੱਦੀ ਸੂਬਾ ਹੋਣ ਦੇ ਨਾਤੇ ਇਹਨੂੰ ਪ੍ਰਾਇਓਰਟੀ ਸੈਕਟਰ 'ਚ ਰੱਖਿਆ ਜਾਵੇ, ਇਹਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ। ਬਟਾਲਾ ਪਰਿਵਾਰ ਦਾ ਅਤੇ ਨਵਜੋਤ ਸਿੰਘ ਸਿੱਧੂ ਦਾ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਧੰਨਵਾਦ ਕਰਨਾ ਚਾਹੁੰਦਾ ਅਕਾਲੀ ਦਲ? ਦੇਖੋ ਜਿਹੜਾ ਮੈਂ ਪਹਿਲਾਂ ਹੀ ਕਿਹਾ ਵੀ ਜਿਹੜਾ ਇਹ ਲਾਂਘਾ ਹੈ, ਇਹ ਲਾਂਘਾ ਖਿਲਾਉਣ ਦੇ ਵਿੱਚ ਵੈਸੇ ਤਾਂ ਗੁਰੂ ਨਾਨਕ ਦੇਵ ਸਾਹਿਬ ਦੀ ਅਪਾਰ ਕਿਰਪਾ, ਦੂਜਾ ਜਿਹੜੀਆਂ ਨਾਨਕ ਨਾਮ ਲੈਵਾ ਲੋਕਾਂ ਦੀਆਂ 72 ਸਾਲਾਂ ਦੀਆਂ ਅਰਦਾਸਾਂ, ਉਹ ਉਹਨਾਂ ਨੇ ਇਹ ਲਾਂਘਾ ਖਿਲਾਇਆ। ਵੈਸੇ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਸਿਹਰਾ ਜਾਂਦਾ ਅਤੇ ਇਮਰਾਨ ਖਾਨ ਜੀ ਨੂੰ ਜਾਂਦਾ, ਜੇ ਦੋਨੇ ਯਤਨ ਨਾ ਇਹ ਆਗਿਆ ਦਿੰਦੇ ਤਾਂ ਲਾਂਘਾ ਖੁੱਲ੍ਹ ਨਹੀਂ ਸੀ ਸਕਦਾ। ਜਿੱਥੇ ਤੱਕ ਯਤਨਾਂ ਦੀ ਗੱਲ ਹੈ, ਯਤਨ ਤਾਂ ਬਹੁਤ ਲੋਕਾਂ ਨੇ ਕੀਤੇ ਨੇ, ਯਤਨ ਇੱਕ ਕਿਤੇ ਵਿਅਕਤੀ ਵਿਸ਼ੇਸ਼ ਦਾ ਨਾਂ ਲੈ ਕੇ ਅਸੀਂ ਗੱਲ ਕਰੀਏ ਤਾਂ ਬਾਕੀਆਂ ਨਾਲ ਬੇਇਨਸਾਫੀ ਹੋਏਗੀ। ਬਟਾਲਾ ਪਰਿਵਾਰ ਦੇ ਨਵਜੋਤ ਸਿੰਘ ਸਿੱਧੂ ਬਾਰੇ ਕੁਝ ਕਹਿਣਾ ਚਾਹੁੰਦੇ? ਬਟਾਲਾ ਸਾਹਿਬ ਤਾਂ ਜਨਤਕ ਤੌਰ 'ਤੇ ਲੰਮੇ ਸਮੇਂ ਤੋਂ ਅਰਦਾਸ ਕਰਦੇ ਰਹੇ, ਉਹਨਾਂ ਦਾ ਬੜਾ ਧੰਨਵਾਦ, ਜੇ ਸਿੱਧੂ ਸਾਹਿਬ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ। ਪਰ ਇੱਥੇ ਅਸੀਂ ਪਾਰਲੀਮੈਂਟ ਸਟੈਂਡਿੰਗ ਕਮੇਟੀ ਫਾਰ ਹੋਮ ਦੀ ਵਿਜ਼ਿਟ ਕਰਾ ਕੇ ਗਏ ਸੀ, ਉਹਨਾਂ ਨੇ ਯੂਨਾਨੀਮਸ ਰੈਜੂਲੇਸ਼ਨ ਪਾਇਆ ਸੀ, 30 ਪਾਰਲੀਮੈਂਟ ਮੈਂਬਰ ਸਾਰੀਆਂ ਪਾਰਟੀਆਂ ਦੇ ਆਏ ਸੀ, ਉਹੀ ਲੋਕ ਸਭਾ ਵਿੱਚ ਮਤਾ ਪਾਸ ਹੋਇਆ ਸੀ। ਇਹ ਮੈਂ ਸਮਝ ਵੀ ਲੋਕ ਸਭਾ 'ਚ ਵੈਸੇ ਵੀ ਬਹੁਤ ਮੈਂਬਰਾਂ ਨੇ ਮਾਮਲਾ ਉਠਾਇਆ ਸੀ, ਇਹ ਲੰਮੇ ਸਮੇਂ ਤੋਂ ਚੱਲ ਰਹੇ ਪ੍ਰੋਸੈਸ ਦੇ ਵਿੱਚੋਂ ਹੀ ਇਹ ਅਮਲ ਵਿੱਚ ਆਇਆ। ਚੰਦੂ ਮੇਰੇ ਸਾਹਿਬ, ਤੁਹਾਨੂੰ ਇਹ ਲੱਗਦਾ ਕਿ ਸਰਵਿਸ ਫੀਸ ਦਾ ਮੁੱਦਾ ਜਾਣ ਬੁੱਝ ਕੇ ਸਿਆਸੀ ਮੁੱਦਾ ਬਣਾਇਆ ਗਿਆ? ਕਦਾ ਸਰਵਿਸ ਫੀਸ ਦਾ, $20 ਸਰਵਿਸ ਫੀਸ? ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਕਈ ਵਾਰੀ ਜਦੋਂ ਸ਼ੁਰੂਆਤ ਹੁੰਦੇ ਆ, ਕਈ ਮਸਲੇ ਆ ਜਾਂਦੇ ਆ, ਉਹ ਸੌਟ ਆਊਟ ਹੋ ਜਾਂਦੇ ਆ, ਇਹਨੂੰ ਅਸੀਂ ਇਸ਼ੂ ਨਹੀਂ ਬਣਾਉਣਾ ਚਾਹੁੰਦੇ। ਨਾਨਕ ਨਾਮ ਲੈਵਾ ਸੰਗਤ ਚਾਹੁੰਦੀ ਹੈ ਕਿ ਜਿੰਨੀ ਮਰਜ਼ੀ ਸਰਵਿਸ ਫੀਸ ਹੋਵੇ, ਜਿੰਨੇ ਮਰਜ਼ੀ ਡਾਲਰ ਲੱਗ ਜਾਣ, ਅਸੀਂ ਤਾਂ ਆਪਦੇ ਗੁਰੂ ਦੇ ਘਰ ਜਾਣਾ? ਇਹ ਸਿਆਸੀ ਮੁੱਦਾ ਹਰ ਬੰਦੇ ਦੀ ਭਾਵਨਾ ਹੈ, ਹਰ ਬੰਦੇ ਦੀ ਇੱਛਾ ਹੈ, ਮਤਲਬ ਵੈਸੇ ਚੰਗੀ ਗੱਲ ਆ ਵੀ ਫੀਸ ਨਾ ਲੱਗੇ, ਇਹ ਹਰ ਇੱਕ ਚਾਹੁੰਦਾ। ਚਲੋ ਬਹੁਤ ਧੰਨਵਾਦ। ਇਹ ਚੰਦੂ ਮਾਜਰਾ ਸਾਹਿਬ ਜਿਹੜੇ ਕਿ ਗੁਰੂ ਦੇ ਘਰ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਮੱਥਾ ਟੇਕ ਕੇ ਆਏ ਹੈਗੇ ਆ, ਅਤੇ ਉਹ ਕਹਿੰਦੇ ਹੈ ਕਿ ਦੋਹਾਂ ਮੁਲਕਾਂ ਦੇ ਵਿੱਚ ਸ਼ਾਂਤੀ ਦਾ ਸੁਨੇਹਾ ਲੈ ਕੇ ਆਇਆ, ਪਰ ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਜਿਨ੍ਹਾਂ ਦਾ ਜਵਾਬ ਹੈ ਚੰਦੂ ਮਾਜਰਾ ਸਾਹਿਬ ਕੋਲ ਅੱਜ ਦੀ ਤਰੀਕ ਵਿੱਚ ਨਹੀਂ ਹੈਗਾ। ਕਈ ਸਵਾਲ ਭਵਿੱਖ ਦੀ ਗੋਦ ਵਿੱਚ ਹੁੰਦੇ ਆ, ਉਸ ਦਾ ਇੰਤਜ਼ਾਰ ਕਰਾਂਗੇ। ਪਰਮਿੰਦਰ ਢੀਂਡਸਾ ਇਸ ਵਕਤ ਸਾਡੇ ਨਾਲ ਮੌਜੂਦ ਹੈਗੇ ਆ। ਢੀਂਡਸਾ ਸਾਹਿਬ, ਕਿਸ ਤਰ੍ਹਾਂ ਤਜਰਬਾ ਸਾਂਝਾ ਕਰ ਸਕਦੇ? ਦੇਖੋ ਬਹੁਤ ਖੁਸ਼ੀ ਦੀ ਗੱਲ ਹੈ, ਸਾਨੂੰ ਤਾਂ ਇਸ ਤੋਂ ਬਾਅਦ ਅਸੀਂ ਹੋਰ ਕੀ ਸੁਭਾਗ ਪ੍ਰਾਪਤ ਹੋ ਸਕਦੇ ਵੀ ਸਾਨੂੰ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬੜਾ ਹੀ ਇਤਿਹਾਸਿਕ ਦਿਨ ਹੈ, ਸ਼ਾਇਦ ਐਸੇ ਦਿਨ ਸਦੀਆਂ ਬਾਅਦ ਆਉਂਦੇ ਨੇ, ਸੋ ਬੜਾ ਇਤਿਹਾਸਿਕ ਦਿਨ ਹੈ। ਦੋਨਾਂ ਦੇਸ਼ਾਂ ਦੇ ਵਿੱਚ ਇਹ ਲਾਂਘਾ ਸ਼ਾਂਤੀ ਦਾ ਇੱਕ ਪ੍ਰਤੀਕ ਬਣ ਕੇ ਉੱਭਰੇ, ਸਾਨੂੰ ਇਹ ਆਸ ਕਰਦੇ ਹਾਂ। ਇਮਰਾਨ ਖਾਨ ਸਾਹਿਬ ਨਾਲ ਮੁਲਾਕਾਤ ਹੋਈ? ਨਹੀਂ, ਮੈਂ ਖੁਦ ਨਿੱਜੀ ਤੌਰ 'ਤੇ ਮੁਲਾਕਾਤ ਨਹੀਂ ਹੋਈ, ਪਰ ਉਹ ਉੱਥੇ ਸਪੀਚ ਦਿੱਤੀ ਉਹਨਾਂ ਨੇ, ਉਹ ਸਾਨੂੰ ਜ਼ਰੂਰ ਸੁਣਨ ਦਾ ਮੌਕਾ ਮਿਲਿਆ। ਉਸ ਸੰਬੋਧਨ ਦੇ ਵਿੱਚ ਸ਼ਾਂਤੀ ਦਾ ਸੁਨੇਹਾ ਦਿਖਿਆ? ਬਿਲਕੁਲ, ਸ਼ਾਂਤੀ ਦਾ ਸੁਨੇਹਾ ਸੀ ਉਹਨਾਂ ਨੇ ਦਿੱਤਾ, ਸਾਰੇ ਬੁਲਾਰਿਆਂ ਨੇ, ਜਥੇਦਾਰ ਸਾਹਿਬ ਨੇ ਵੀ ਸ਼ਾਂਤੀ ਦਾ ਸੁਨੇਹਾ ਦਿੱਤਾ, ਸਿੱਧੂ ਸਾਹਿਬ ਨੇ, ਸਭ ਨੇ ਸ਼ਾਂਤੀ ਦਾ ਸੁਨੇਹਾ ਦਿੱਤਾ, ਜਿਹੜਾ ਇਸ ਮੌਕੇ ਦੇ ਅਨੁਸਾਰ ਮੈਂ ਸਮਝਦਾ ਇਸ ਤੋਂ ਵੱਧ ਢੁਕਵਾਂ ਸਮਾਂ ਕੀ ਹੋ ਸਕਦਾ। ਕਿਹੋ ਜਿਹੇ ਪ੍ਰਬੰਧ ਤੁਹਾਨੂੰ ਨਜ਼ਰ ਆਏ ਉੱਧਰ? ਬਹੁਤ ਵਧੀਆ ਪ੍ਰਬੰਧ ਕੀਤੇ ਸੀ ਉਹਨਾਂ ਨੇ, ਬਿਲਕੁਲ। ਮਨਪ੍ਰੀਤ ਅਯਾਲੀ ਸਾਡੇ ਨਾਲ ਮੌਜੂਦ ਰਿਹਾ, ਜਿਹੜੇ ਹੁਣੇ ਹੁਣੇ ਵਿਧਾਇਕ ਬਣਿਆ ਅਤੇ ਇਹਨਾਂ ਨੂੰ ਜਾਣ ਦਾ ਮੌਕਾ ਮਿਲ ਗਿਆ। ਅਯਾਲੀ ਸਾਹਿਬ, ਕਿਸ ਤਰ੍ਹਾਂ ਦਾ ਤਜਰਬਾ ਰਿਹਾ? ਵੈਸੇ ਤਾਂ ਇਹ ਮੁਕੱਦਸ ਧਰਤੀ ਤੁਸੀਂ ਜਾ ਕੇ ਆਏ ਹੋ, ਮੱਥਾ ਟੇਕ ਕੇ ਚੰਗਾ ਲੱਗਿਆ ਹੋਣਾ? ਬੜੀ ਖੁਸ਼ੀ ਹੋਈ ਅੱਜ ਜਾ ਕੇ, ਕਿਉਂਕਿ ਜ
ਜਿਹੜੀ ਅਰਦਾਸਾਂ ਸਿੱਖ ਸੰਗਤ ਕਰ ਰਹੀ ਸੀ ਕਿ ਜਿਹੜੇ ਸਾਡੇ ਗੁਰੂ ਧਾਮ ਸਾਡੇ ਤੋਂ ਵਿਛੜ ਗਏ ਨੇ ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਸਾਨੂੰ ਬਖਸ਼ੇ ਜਾਣ, ਸੋ ਉਸ ਵਾਹਿਗੁਰੂ ਪਰਮਾਤਮਾ ਨੇ ਬਾਬੇ ਨਾਨਕ ਨੇ ਉਹ ਅਰਦਾਸ ਪ੍ਰਵਾਨ ਕਰਕੇ, ਸੋ ਅੱਜ ਜਿਹੜੀ ਉੱਥੇ ਬੜਾ ਮਨ ਨੂੰ ਸਕੂਨ ਮਿਲਿਆ, ਬਹੁਤ ਖੁਸ਼ੀ ਹੋਈ ਆ। ਮੈਂ ਦੋਨਾਂ ਸਰਕਾਰਾਂ ਦਾ ਵੀ, ਦੋਨਾਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਯਤਨਾਂ ਦੇ ਨਾਲ ਇਹ ਲਾਂਘਾ ਖੁੱਲ੍ਹਿਆ। ਕੀ ਸੁਨੇਹਾ ਲੈ ਕੇ ਆਏ ਉੱਥੋਂ? ਸੰਬੋਧਨ ਸੁਣਿਆ ਸੀ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦਾ। ਸੁਨੇਹਾ ਤਾਂ ਇਹੀ ਆ ਵੀ ਆਉਣ ਵਾਲੇ ਸਮੇਂ 'ਚ ਹੋਰ ਰਿਸ਼ਤੇ ਵਧੀਆ ਹੋਣੇ ਚਾਹੀਦੇ ਆ, ਦੋਨਾਂ ਮੁਲਕਾਂ ਦਾ ਆਪਸੀ ਪਿਆਰ ਵਧਣਾ ਚਾਹੀਦਾ, ਵਪਾਰ ਖੁੱਲ੍ਹਣਾ ਚਾਹੀਦਾ, ਬਾਰਡਰ ਖੁੱਲ੍ਹਣੇ ਚਾਹੀਦੇ ਆ, ਦੋਨਾਂ ਮੁਲਕਾਂ ਦੀ ਤਰੱਕੀ ਇਸ ਗੱਲ 'ਚ। ਕੈਪਟਨ ਸਾਹਿਬ ਦੇ ਓਐਸਟੀ ਸਨੀ ਬਰਾੜ ਇਸ ਵਕਤ ਸਾਡੇ ਨਾਲ ਮੌਜੂਦ ਹੈਗੇ ਆ। ਸਨੀ ਬਰਾੜ ਜੀ, ਬਹੁਤ ਸੋਹਣਾ ਲੱਗਿਆ, ਗੁਰੂ ਮਹਾਰਾਜ ਦਰਸ਼ਨ ਬਹੁਤ ਚੰਗੇ ਢੰਗ ਨਾਲ ਹੋਏ, ਸੱਚੇ ਪਾਤਸ਼ਾਹ ਨੇ ਸਿੱਖਾਂ ਦੀ ਅਰਦਾਸ ਕਬੂਲ ਕੀਤੀ ਹੈ। ਅਸੀਂ ਪੰਜਾਬ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ, ਬਹੁਤ ਸੋਹਣੇ ਦਰਸ਼ਨ ਨੂੰ ਕਰਕੇ। ਅੱਜ ਤਾਂ ਨਹੀਂ ਲੱਗਿਆ ਆਈ ਐੱਸ ਆਈ ਦੀ ਸਾਜ਼ਿਸ਼ ਹੈ ਜਾਂ ਅੱਜ ਵੀ ਲੱਗਿਆ? ਦੇਖੋ, ਇਸ ਗੱਲ 'ਤੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਪਰ ਮੈਂ ਗੁਰੂ ਦਾ ਨਿਮਾਣਾ ਸਿੱਖ ਸੀ, ਸਿੱਖ ਦੇ ਨਿਮਾਣੇ ਦੇ ਸਦਕਾ ਮੈਂ ਮੱਥਾ ਟੇਕਿਆ। ਮੈਨੂੰ ਬਹੁਤ ਚੰਗਾ ਲੱਗਿਆ, ਬਹੁਤ ਸੋਹਣੇ ਗੁਰੂ ਮਹਾਰਾਜ ਦਰਸ਼ਨ ਦੀਦਾਰ ਹੋਏ, ਬਹੁਤ ਸਾਲਾਂ ਦੀ ਅਰਦਾਸ ਸਾਡੀ ਕਬੂਲ ਹੋਈ, ਬਹੁਤ ਚੰਗਾ ਲੱਗਿਆ। ਮੈਂ ਤਾਂ ਸਵਾਲ ਕੀਤਾ ਸੀ, ਕੈਪਟਨ ਸਾਹਿਬ ਦੇ ਬੜੇ ਨੇੜੇ ਰਹਿੰਦੇ ਹੋ ਤੁਸੀਂ, ਕੈਪਟਨ ਸਾਹਿਬ ਨੂੰ ਇਹ ਗੱਲ ਜਾ ਕੇ ਦੱਸੋਗੇ? ਕੈਪਟਨ ਸਾਹਿਬ ਵੀ ਉੱਥੇ? ਦੇਖੋ, ਕੈਪਟਨ ਸਾਹਿਬ ਉਹ ਵੀ ਸਿੱਖ ਨਿਮਾਣੇ ਸਿੱਖ ਹੋਣ ਮੱਥਾ ਟੇਕੇ। ਆਈ ਐੱਸ ਆਈ ਤਾਂ ਤੁਹਾਨੂੰ ਪਤਾ ਜੋ ਸ਼ਰਾਰਤਾਂ ਤਾਂ ਕਰਦੀ ਹੀ ਕਰਦੀ ਹੈ, ਹਿੰਦੁਸਤਾਨ ਨਾਲ ਕੋਈ ਇਹੋ ਜਿਹੀ ਗੱਲ ਹੈ ਹੀ ਨਹੀਂ, ਹਿੰਦੁਸਤਾਨ ਨਾਲ ਸ਼ਰਾਰਤਾਂ ਕਰਦੀ ਹੈ, ਬਟ ਅੱਜ ਅਸੀਂ ਗੁਰੂ ਦੇ ਨਿਮਾਣੇ ਸਿੱਖ ਬਣ ਕੇ ਅਸੀਂ ਮੱਥਾ ਟੇਕ ਕੇ ਆਏ ਹਾਂ, ਅਤੇ ਪਰਮਾਤਮਾ ਮੁਰੇ ਆਪਦੀ ਅਰਦਾਸ ਬੇਨਤੀਆਂ ਕਰਕੇ ਆਏ, ਚੰਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਸਭ ਨੂੰ। ਕੋਰੀਡੋਰ ਜ਼ਰੀਏ ਸ਼ਰਾਰਤਾਂ ਹੋ ਸਕਦੀਆਂ ਸਨੀ ਜੀ? ਦੇਖੋ, ਸ਼ਰਾਰਤ ਜੇ ਸ਼ਰਾਰਤੀ ਬੰਦਾ ਕੋਈ ਸ਼ਰਾਰਤ ਜਦੋਂ ਮਰਜ਼ੀ ਕਰ ਸਕਦਾ, ਸ਼ਰਾਰਤ ਦਾ ਕੋਈ ਕੋਈ ਟਾਈਮ ਨਹੀਂ, ਕੋਈ ਥਾਂ ਨਹੀਂ, ਸ਼ਰਾਰਤ ਤਾਂ ਸ਼ਰਾਰਤ ਹੈ, ਜਦੋਂ ਮਰਜ਼ੀ ਕੋਈ ਸ਼ਰਾਰਤ ਕਰ ਸਕਦਾ। ਬਹੁਤ ਸੋਹਣੇ ਦਰਸ਼ਨ ਹੋਏ। ਇਸ ਵਕਤ ਸਾਡੇ ਨਾਲ ਤਰਲੋਚਨ ਸਿੰਘ ਹੈਗੇ ਆ, ਸਾਬਕਾ ਮੈਂਬਰ ਰਾਜ ਸਭਾ ਅਤੇ ਘੱਟ ਗਿਣਤੀ ਕਮਿਸ਼ਨ ਦੇ। ਤਰਲੋਚਨ ਸਿੰਘ ਜੀ, ਬਹੁਤ ਵਧੀਆ ਤਜਰਬਾ। ਦੇਖੋ, ਇਟ ਇਜ਼ ਏ ਬੜਾ ਯੂਨੀਕ ਅਫੇਅਰ ਹੈ, ਇਹ ਰੀਅਲ ਇੰਟਰਨੈਸ਼ਨਲ ਅਫੇਅਰ ਹੈ ਕਿ ਦੋ ਮੁਲਕਾਂ ਦਾ ਜੋੜ ਥਰੂ ਗੁਰੂ ਨਾਨਕ ਸਾਹਿਬ। ਸੋ ਇਹ ਪਹਿਲਾ ਹੈ ਕਿ ਹੋਲੀ ਕੰਮ ਹੋਇਆ ਕਿ ਇੱਕ ਰੱਬੀ ਬਾਣੀ ਨਾਲ ਦੋ ਮੁਲਕ ਜਿਹੜੇ ਕਿ ਜੰਗ ਨੂੰ ਤਿਆਰ ਬੈਠੇ ਹੋਣ ਉਹ ਜੁੜੇ। ਬਹੁਤ ਅੱਛਾ ਪਿਆ, ਔਰ ਸਭ ਤੋਂ ਚੰਗੀ ਗੱਲ ਹੈ ਕਿ ਜਿਤਨਾ ਸਿੱਖ ਵੀ ਆਈ ਪੀ ਵਰਲਡ ਦਾ ਅੱਜ ਉਹ ਹਾਜ਼ਰ ਹੋਇਆ। ਕੀ ਸੁਨੇਹਾ ਲੈ ਕੇ ਆਏ ਹੋ ਉੱਥੋਂ? ਨਹੀਂ, ਸੁਨੇਹਾ ਇੱਕ ਲੈ ਕੇ ਕਿ ਲੋਕ ਵੀ ਅਮਨ ਚਾਹੁੰਦੇ, ਲੀਡਰਾਂ ਨੂੰ ਛੱਡ ਦਿਓ, ਪਬਲਿਕ ਅਮਨ ਚਾਹੁੰਦੀ ਹੈ, ਸੁਲ੍ਹਾ ਚਾਹੁੰਦੀ। ਸਰਹੱਦ ਪਾਰ ਤੋਂ ਇੱਥੇ ਸ਼ਰਧਾਲੂ ਹੈ ਜਿਹੜੇ ਮੱਥਾ ਟੇਕ ਕੇ ਵਾਪਸ ਆ ਰਿਹਾ, ਅਤੇ ਇਸ ਤੋਂ ਸਾਡੇ ਨਾਲ ਮੌਜੂਦ ਹੈ ਕਿ ਹਰਮੀਤ ਸਿੰਘ ਕਾਲਕਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ, ਅਤੇ ਉਹਨਾਂ ਨਾਲ ਵਿਕਰਮ ਸਿੰਘ ਰੋਹਿਣੀ ਵੀ ਹੈਗੇ ਆ ਜਿਹੜੇ ਐਗਜ਼ੈਕਟਿਵ ਮੈਂਬਰ ਨੇ। ਕਾਲਕਾ ਜੀ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਮੈਂ ਸਮਝਦਾ ਗੁਰੂ ਨਾਨਕ ਦੇਵ ਮਹਾਰਾਜ ਦੀ ਅਪਾਰ ਕਿਰਪਾ ਸੰਗਤਾਂ ਦੇ ਉੱਤੇ, ਜਿਨ੍ਹਾਂ ਦੇ ਇਸ ਮੌਕੇ ਦੇ ਉੱਤੇ ਇਸ ਮਾਹੌਲ ਦੇ ਵਿੱਚ ਜਿਹੜੇ ਇਹ ਲਾਂਘਾ ਖੋਲ੍ਹਿਆ ਗਿਆ, ਇਹ ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਇੱਕੋ ਇੱਕ ਮਿਸਾਲ ਹੈ। ਔਰ ਬੜੀ ਖੁਸ਼ੀ ਹੋਈ ਆ ਅੱਜ, ਕਿਉਂਕਿ ਪਹਿਲੇ ਲੋਟ ਦੇ ਵਿੱਚ ਜਾਣਾ ਪੈ ਔਰ ਉੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ, ਇੱਕ ਦਿਲ ਦੇ ਵਿੱਚ ਇਸ ਤਰ੍ਹਾਂ ਹੀ ਉਮੰਗ ਹੋਇਆ ਲੱਗਿਆ ਕਿ ਵਾਕਈ ਮਹਾਰਾਜ ਨੇ ਸਾਡੇ ਸਿਰ ਦੇ ਉੱਤੇ ਹੱਥ ਰੱਖਿਆ। ਕਾਲਕਾ, ਜਦੋਂ ਤੁਸੀਂ ਉੱਧਰ ਕਦਮ ਰੱਖਿਆ, ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਦੋਹਾਂ ਮੁਲਕਾਂ ਦੇ ਵਿੱਚ ਇਹ ਲਾਂਘਾ ਸ਼ਾਂਤੀ ਦਾ ਰਾਹ ਬਣੂਗਾ, ਬਾਬਾ ਨਾਨਕ ਦਾ ਜੋ ਫਲਸਫਾ ਹੈ ਉਸ ਨੂੰ ਅਸੀਂ ਅੱਗੇ ਵਧਾਵਾਂਗੇ? ਬਿਲਕੁਲ, ਸ਼ਾਂਤੀ ਦਾ ਪ੍ਰਤੀਕ ਬਣੀ ਹੈ ਜਗ੍ਹਾ। ਮੈਂ ਸਮਝਦਾ ਕਿ ਜਿਹੜਾ ਸਮਾਂ ਆਉਣ ਵਾਲਾ ਹੈ, ਇਹ ਐਸੀ ਜਗ੍ਹਾ ਤੋਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਹੈ ਕਿ ਇਹੋ ਜਿਹੇ ਮਾਹੌਲਾਂ ਦੇ ਵਿੱਚ ਜਿੱਥੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਇੱਕ ਦੂਜੇ ਦੀ ਸ਼ਕਲ ਨਹੀਂ ਦੇਖ ਰਹੇ, ਜਿੱਥੇ ਪ੍ਰਧਾਨ ਮੰਤਰੀ ਨੂੰ ਏਅਰਸਪੇਸ ਨਹੀਂ ਦਿੱਤਾ ਜਾਂਦਾ, ਬਾਬਾ ਨਾਨਕ ਨੇ ਆਪਣੀ ਮਿਹਰ ਕੀਤੀ ਹੈ ਆਪਣੇ ਸੰਗਤਾਂ ਦੇ ਉੱਤੇ। ਔਰ ਜਿਸ ਵਕਤ ਉਸ ਧਰਤੀ 'ਤੇ ਪੈਰ ਰੱਖਿਆ, ਵਾਕਈ ਲੱਗਦਾ ਸੀ ਕਿ ਦੋਨੋਂ ਮੁਲਕ ਇੱਕੋ ਹੀ ਨੇ, ਕਿਉਂਕਿ ਉੱਥੇ ਦੇ ਲੋਕ ਵੀ ਸਾਨੂੰ ਉਨੇ ਹੀ ਸਤਿਕਾਰ ਦੇ ਨਾਲ ਉਹਨਾਂ ਨੇ ਸਾਨੂੰ ਬੁਲਾਇਆ ਔਰ ਪਿਆਰ ਦਿੱਤਾ। ਵਿਕਰਮ ਸਿੰਘ ਸਾਡੇ ਨਾਲ ਹੈਗੇ, ਵਿਕਰਮ ਸਿੰਘ ਕਿਵੇਂ ਰਿਹਾ ਤਜਰਬਾ ਤੁਹਾਡਾ? ਮੈਂ ਸਮਝਦਾ ਕਿ ਜਿੱਥੇ ਜਦੋਂ ਗੁਰੂ ਨਾਨਕ ਸਾਹਿਬ ਦਾ ਸਮਾਂ ਪੂਰਾ ਹੋਇਆ ਇਸ ਧਰਤੀ 'ਤੇ ਔਰ ਜਿੱਥੇ ਚੱਦਰ ਫਾੜੀ ਗਈ ਉੱਥੇ ਦੇਸ਼ ਦਾ ਬਟਵਾਰਾ ਹੋਇਆ, ਲੇਕਿਨ ਅੱਜ ਜੋ ਦੋਨੋਂ ਦੇਸ਼ਾਂ ਨੇ ਸੰਗਤ ਦੀ ਮੰਗ 'ਤੇ ਪਹਿਲ ਕੀਤੀ ਹੈ, ਮੈਂ ਸਮਝਦਾ ਕਿ ਬੜੀ ਜਨ ਜਨ ਦੀ ਅਰਦਾਸ ਸੀਗੀ ਜਿਹੜੀ ਰੋਜ਼ 70 ਸਾਲ ਤੋਂ ਅਸੀਂ ਸਾਰੇ ਕਰਦੇ ਸਾਂ, ਉਹ ਅਰਦਾਸ ਸੁਣੀ ਗਈ ਹੈ ਔਰ ਬੜਾ ਮੁਕੱਦਸ ਜਗ੍ਹਾ ਹੈ, ਬੜੀ ਪਾਕ ਜਗ੍ਹਾ ਹੈ ਜਿੱਥੇ ਅਸੀਂ ਸਾਰੇ ਹੋ ਕੇ ਆਏ ਹਾਂ। ਆਪਣੇ ਆਪ 'ਚ ਇੱਕ ਬਹੁਤ ਵੱਡੀ ਮਨ 'ਚ ਇੱਕ ਤਰੰਗ ਜੀ ਹੈ, ਮਨ 'ਚ ਇੱਕ ਉਮੰਗ ਜੀ ਹੈ, ਮੰਗ ਵਿੱਚ ਇੱਕ ਐਸੀ ਗੱਲ ਵੀ ਆ ਰਹੀ ਹੈ ਕਿ ਸ਼ਾਇਦ ਅਸੀਂ ਹੁਣ ਦੋਨੋਂ ਮੁਲਕਾਂ 'ਚ ਜਿਹੜਾ ਹੈ ਪ੍ਰੇਮ ਪਿਆਰ ਪਰਸਪਰ ਹੋਏਗਾ। ਠੀਕ ਹੈ, ਕਾਲਕਾ ਜੀ, ਇੱਕ ਆਖਰੀ ਸਵਾਲ ਕਰਨਾ ਚਾਹੂੰਗਾ। ਜਦੋਂ ਉੱਧਰ ਤੁਸੀਂ ਸਾਰਿਆਂ ਨੂੰ ਮਿਲੇ ਹੋ, ਸਰਹੱਦ ਪਾਰ ਜਾਂਦਿਆਂ ਜਾਂ ਪਹਿਲਾਂ ਜਿਵੇਂ ਜਾਂਦੇ ਸੀਗੇ, ਉਸ ਦੇ ਵਿਚਾਲੇ ਕੋਈ ਫਰਕ ਲੱਗਿਆ? ਦੇਖੋ, ਇਹਦੇ 'ਚ ਫਰਕ ਆਪਣੇ ਆਪ ਹੀ 'ਚ ਹੈ, ਕਿਉਂਕਿ ਅੱਜ ਅਸੀਂ ਉਸ ਭਾਵਨਾ ਨਾਲ ਗਏ ਹਾਂ ਕਿ ਵਾਕਈ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਆਪ ਸੱਦਿਆ, ਔਰ ਉੱਥੇ ਜਿਹੜੇ ਲੋਕ ਖੜ੍ਹੇ ਸੀ ਜਿਨ੍ਹਾਂ ਨੂੰ ਡਿਊਟੀਆਂ ਲਾਈਆਂ ਗਈਆਂ ਵੈਲਕਮ ਵਸੇ, ਉਹਨਾਂ ਦੇ ਵਿੱਚ ਵੀ ਉਨੀ ਨਿਮਰਤਾ ਔਰ ਉਹਨਾਂ ਪਿਆਰ ਸੀ ਜਿੱਦਾਂ ਆਪਣੇ ਲੋਕਾਂ ਤੋਂ ਵੀ ਵੱਧ ਉਹਨਾਂ ਨੇ
ਮੀਲ ਪੱਥਰ ਸਾਬਿਤ ਹੋਏਗਾ ਦੋਨੋਂ ਦੇਸ਼ਾਂ ਦੇ ਵਿੱਚ ਇਤਫਾਕ ਬਣਾਉਣ ਦੇ ਵਿੱਚ। ਚਲੋ ਬਹੁਤ ਧੰਨਵਾਦ ਹਰਮੀਤ ਸਿੰਘ ਕਾਲਕਾ ਜੀ। ਸਿੰਘ ਬਰਾੜ ਸਾਡੇ ਨਾਲ ਮੌਜੂਦ ਹੈ ਕਿ ਅਕਸਰ ਟੀ ਵੀ ਡਿਬੇਟ ਵਿੱਚ ਤੁਸੀਂ ਇਹਨਾਂ ਨੂੰ ਦੇਖਦੇ ਹੋਏ ਹੋ, ਇਹ ਉੱਥੇ ਜਾ ਕੇ ਆਏ ਆ। ਬਰਾੜ ਸਾਹਿਬ, ਤੁਸੀਂ ਅਕਸਰ ਮੇਰੇ ਨਾਲ ਡਿਬੇਟ ਦੇ ਵਿੱਚ ਗੱਲਾਂ ਕਰਦੇ ਹੁੰਦੇ ਸੀਗੇ ਕਿ ਮੇਰਾ ਮਨ ਕਰਦਾ ਹੈਗਾ ਜਾਣ ਨੂੰ, ਅੱਜ ਮਨ ਜਦੋਂ ਕੀਤਾ ਤਾਂ ਉੱਥੋਂ ਮਨ ਲੈ ਕੇ ਕੀ ਆਇਆ? ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਇੱਕ ਸ਼ਾਂਤੀ ਦਾ ਪੈਗਾਮ ਜਿਹੜਾ ਸਮਝ ਲਓ ਉਸ ਧਰਤੀ ਤੋਂ ਮਿਲਿਆ, ਔਰ ਇਹੀ ਅਰਦਾਸ ਬੇਨਤੀ ਕੀਤੀ ਹੈ ਜਿੱਥੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਅੱਜ ਇੰਨੀ ਦੇਰ ਬਾਅਦ ਰਸਤਾ ਖੁੱਲ੍ਹਿਆ। ਇਹ ਅਰਦਾਸ ਬੇਨਤੀ ਕੀਤੀ ਹੈ ਕਿ ਜਿਹੜੇ ਬਾਕੀ ਗੁਰਧਾਮ ਵੀ ਹੈਗੇ ਉਹਨਾਂ ਲਈ ਵੀ ਰਸਤੇ ਖੁੱਲ੍ਹਣ, ਅਤੇ ਨਾਲ ਇਹ ਵੀ ਅਰਦਾਸ ਕੀਤੀ ਹੈ ਕਿ ਇਹ ਰਸਤਾ ਵੈਸੇ ਹੀ ਸਦਾ ਲਈ ਖੁੱਲ੍ਹ ਜੇ ਅਤੇ ਸਾਡਾ ਜਿਹੜੇ ਵਪਾਰ ਦਾ ਆਦਾਨ ਪ੍ਰਦਾਨ ਆ ਉਹ ਵੀ ਵਧੇ, ਅਤੇ ਦੋਨੋਂ ਮੁਲਕ ਜਿਹੜੇ ਹੈਗੇ ਆ ਉਹ ਸ਼ਾਂਤੀ ਨਾਲ ਵਸਣ, ਅਤੇ ਸਾਡੇ ਦੋਨੋਂ ਮੁਲਕ ਜਿਹੜੇ ਹੈ ਉਹ ਤਰੱਕੀ ਕਰਨ। ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਤੁਸੀਂ ਧੰਨਵਾਦ ਕਰ ਰਹੇ ਹੋ, ਇਮਰਾਨ ਖਾਨ ਸਾਹਿਬ ਦੀ ਤਕਰੀਰ ਸੁਣਨ ਦਾ ਮੌਕਾ ਮਿਲਿਆ, ਨਵਜੋਤ ਸਿੰਘ ਸਿੱਧੂ ਦੀ ਤਕਰੀਰ ਸੁਣਨ ਦਾ ਮੌਕਾ ਮਿਲਿਆ? ਦੇਖੋ, ਇਹ ਜਦੋਂ ਉਹਨਾਂ ਦੀ ਤਕਰੀਰਾਂ ਚੱਲ ਰਹੀਆਂ ਸੀ ਅਤੇ ਅਸੀਂ ਗੁਰੂ ਮਹਾਰਾਜ ਦੇ ਜਿਹੜਾ ਸੀ ਕੀਰਤਨ ਦੇ ਸੁਣਨ ਦੇ ਵਿੱਚ ਮੱਥਾ ਟੇਕਣ ਦੇ ਵਿੱਚ, ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀ, ਕੋਈ ਪਹਿਲਾਂ ਪਹੁੰਚ ਗਿਆ ਕੋਈ ਬਾਅਦ 'ਚ, ਇਸ ਤਰ੍ਹਾਂ ਦਾ ਹੋਇਆ, ਇਸ ਕਰਕੇ ਮੈਂ ਪਾਰਟੀਕੁਲਰਲੀ ਸੁਣ ਨਹੀਂ ਸਕਿਆ। ਪਰ ਮੈਂ ਫਿਰ ਕਹੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਇਮਰਾਨ ਖਾਨ ਸਾਹਿਬ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਖੁੱਲ੍ਹਦਿਲੀ ਦਿਖਾਈ, ਅੱਜ ਉਦਘਾਟਨ ਕਰਨ ਲਈ ਆਪ ਆਏ, ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਖੁੱਲ੍ਹਦਿਲੀ ਦਿਖਾਉਂਦੇ ਹੋਏ ਅੱਜ ਇੱਥੇ ਆਪ ਆਏ। ਇਹ ਮੈਂ ਸਮਝਦਾ ਕਿ ਸਾਡੇ ਪੰਜਾਬੀਆਂ ਲਈ, ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਅੱਜ ਬੜਾ ਵੱਡਾ ਦਿਨ ਸੀ। ਸਰਵਿਸ ਫੀਸ, ਪਾਸਪੋਰਟ ਅਤੇ ਸਿੱਧੂ ਸਾਹਿਬ ਨਾਲ ਜਿਹੜੀ ਥੋੜ੍ਹੀ ਬਹੁਤ ਕੜੱਤਣ ਰਹਿੰਦੀ ਸੀ, ਅੱਜ ਮੈਨੂੰ ਲੱਗਦਾ ਦੂਰ ਹੋ ਗਈ ਆ ਕਿ ਨਹੀਂ? ਦੇਖੋ, ਇਹ ਸਾਡੀਆਂ ਛੋਟੀਆਂ ਗੱਲਾਂ ਨੇ, ਜੇ ਅਸੀਂ ਕਹਿੰਦੇ ਹਾਂ ਕਿ ਸਾਡਾ ਆਦਾਨ ਪ੍ਰਦਾਨ ਖੁੱਲ੍ਹਣਾ ਚਾਹੀਦਾ, ਵਪਾਰ ਖੁੱਲ੍ਹਣਾ ਚਾਹੀਦਾ, ਅਤੇ ਉੱਥੇ ਤਾਂ ਬੜੀਆਂ ਕੜੱਤਣਾਂ ਸੀ, ਅਸੀਂ ਉਹ ਦੂਰ ਕਰਨ ਨੂੰ ਕਹਿੰਦੇ ਹਾਂ ਤਾਂ ਸਾਡੇ ਆਪਸੀ ਨੇ, ਇਹ ਤਾਂ ਕੋਈ ਖਾਸ ਗੱਲ ਨਹੀਂ। ਉਮੀਦ ਹੈਗੀ ਹੈ ਕਿ ਜਿਹੜਾ ਅਰਥਚਾਰਾ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਲਈ, ਉਹ ਜਿਹੜੇ ਬਾਕੀ ਲਾਂਘੇ ਹੈਗੇ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਆ ਜਿਹੜਾ, ਉਹ ਭਾਰਤੀ ਜਨਤਾ ਪਾਰਟੀ ਸਰਕਾਰ ਜਾਂ ਕੇਂਦਰ ਸਰਕਾਰ ਜਿਹੜੀ ਐਨਡੀਏ ਭਾਈਵਾਲ ਹੈਗੀ ਆ, ਉਸ ਕੋਲ ਜਾ ਕੇ ਕੋਈ ਵਫਦ ਜਾ ਕੇ ਤੁਹਾਡਾ ਮਿਲੇਗਾ? ਮੇਰੀ ਬੇਨਤੀ ਇਸ ਗੱਲ ਦੀ ਹੈ ਕਿ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋਣੀ ਹੈ ਨਾ, ਤਾਂ ਜਿਵੇਂ ਰਸਤਾ ਖੁੱਲ੍ਹਿਆ ਉਸੇ ਤਰ੍ਹਾਂ ਆਪੇ ਹੀ ਮਾਹੌਲ ਬਣਨਾ ਹੈ। ਜਿਵੇਂ ਰਸਤਾ ਖੁੱਲ੍ਹਣ ਵਾਲਾ ਕਿਸੇ ਦੇ ਚਿੱਤ ਚੇਤਾ ਨਹੀਂ ਸੀ ਅਤੇ ਖੁੱਲ੍ਹ ਗਿਆ ਨਾ, ਇਸੇ ਤਰ੍ਹਾਂ ਮੈਂ ਸਮਝਦਾ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਅਤੇ ਨਾ ਉੱਧਰਲੇ ਪ੍ਰਧਾਨ ਮੰਤਰੀ ਸਾਹਿਬ ਨਾ ਇੱਧਰਲੇ ਪ੍ਰਧਾਨ ਮੰਤਰੀ ਸਾਹਿਬ ਹੋ ਸਕਦਾ ਕਿ ਉਸ ਚੀਜ਼ ਨੂੰ ਨਾ ਕਰ ਸਕਣ। ਸਾਰਾ ਕੁਝ ਗੁਰੂ ਸਾਹਿਬ 'ਤੇ ਛੱਡਤਾ, ਅਸੀਂ ਗੁਰੂ ਸਾਹਿਬ 'ਤੇ, ਗੁਰੂ ਸਾਹਿਬ ਸਾਰਾ ਕੁਝ ਸਿਰਜਣਹਾਰ ਨੇ, ਉਹਨਾਂ ਦੀ ਕਹਿੰਦੇ ਆ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਲਦਾ, ਜਿਸ ਦਿਨ ਉਹਨਾਂ ਨੇ ਚਾਹਿਆ ਸਾਰਾ ਕੁਝ ਹੋ ਜਾਏਗਾ। ਕੀ ਚਲੋ, ਬਰਾੜ ਸਾਹਿਬ ਨੇ ਗੱਲ ਕਹੀ ਹੈਗੀ ਹੈ ਕਿ ਉਹਨਾਂ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਗਾ, ਅਤੇ ਜਿਹੜੇ ਪੱਤੇ ਹਿਲਣੇ ਸ਼ੁਰੂ ਹੋਏ ਆ ਇਹ ਸ਼ਾਂਤੀ ਦੇ ਪੱਤੇ ਆ, ਉਹ ਬਣ ਜਾਣ, ਦੋਹਾਂ ਮੁਲਕਾਂ ਦੇ ਵਿੱਚ ਜਿਹੜਾ ਲਾਂਘਾ ਹੈ ਇਹ ਸ਼ਾਂਤੀ ਦਾ ਲਾਂਘਾ ਬਣ ਜਾਵੇ। ਕੈਮਰਾ ਪਰਸਨ ਰੁਪਿੰਦਰ ਦੇ ਨਾਲ ਮੈਂ KP ਸਿੰਘ, ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਤੋਂ ਜਸ ਪੰਜਾਬੀ ਦੇ ਲਈ। ਇਮਰਾਨ ਖਾਨ ਸਾਹਿਬ ਨੂੰ ਕਦੇ ਇੱਧਰ ਸੱਦ ਕੇ ਆ ਸਨਮਾਨ ਕੀਤਾ ਜਾਵੇ ਉਹਨਾਂ ਦਾ? ਜੀ, ਜੇ ਰੱਬ ਨੇ ਚਾਹਿਆ ਤੇ ਬਸ ਮੈਂ ਚਾਹਾਂਗਾ ਆਪਾਂ ਵੀ ਉੱਥੇ ਇੰਨਾ ਹੀ ਪਿਆਰ ਦੇਈਏ, ਦੋਨੋਂ ਪਾਸੇ ਪਿਆਰ ਰਹੇ। ਸ਼ਾਮ ਦੀ ਤੋਂ ਕਹਿੰਦੇ ਨੇ ਉਹਨਾਂ ਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ। ਆਗਾਜ਼ ਤੋਂ ਬਹੁਤ ਅੱਛਾ ਹੈ ਔਰ ਅੰਜਾਮ ਅੱਛੇ ਹੋਣਗੇ ਕਿ 1947 ਤੋਂ ਬਾਅਦ ਪੰਜਾਬ ਵਾਸਤੇ ਐਡੂ ਵੱਡੀ ਕੋਈ ਹੋਰ ਖੁਸ਼ੀ ਨਹੀਂ ਹੋ ਸਕਦੀ ਜੋ ਅੱਜ ਆਪਾਂ ਨੂੰ ਮਹਿਸੂਸ ਹੋਈ।